कम करो ऐदा के पहचान बन जाए, कम करो ऐदा के पहचान बन जाए, हर कदम रखो ऐदा के निशान बन जाए। इत्थे जिंदगी तो हर कोई कट लैंदा है, इत्थे जिंदगी तो हर कोई कट लैंदा है, पर जिंदगी नू जियो इस तरह के मिसाल बन जाए। सत श्री अकाल जी, मैं थोड़ा सरबजीत सिंह टक ते तुसी देख रहे हो थोड़ा अपना मनपसंदा प्रोग्राम पंजाबी वॉइस विद टक। प्यारे दर्शको, अज इस शो विच मैं दस दवा कि बड़ा मजा आने वाला है, क्योंकि साढ़े इस शो दे विच असी हमेशा सैलिब्रिटीज नू लेके आने, ते अज साढ़े कोल एक नहीं, दो नहीं, तीन नहीं, घट्टो घट पांच साढ़े कोल सैलिब्रिटियां पहुंची ने। आनिया छे सी पर चलो एक मिस हो गई है, पर पांच सैलिब्रिटी साढ़े कोल पहुंच चुकिया ने। इन्हां दे तारूफ कराने तो पहला मैं दस दवा कि यह जिहड़ियां साढ़े कोल शख्सियतां पहुंचियां ने, ए मिस ते मिसिज यूरोप पंजाबन यूके 2023 दियां विनर्स ने। इन्होंने ताज जित के अज बहुत बड़ा माण प्राप्त किया और साढ़े कोल पहुंचियां ने। आओ थानू रूबरू कराना इन्हां दे नाल, क्योंकि इन्हां दी जिंदगी नू जाणांगे इस प्रोग्राम राहीं कि किस तरह इस प्रोग्राम च पहुंच इत्थे पहुंचियां ने साढ़े कोल, और इन्हां ने इस खिताब नू जित्तण लई किन्नी जदोजहद कीती है। सब तो पहला मैं तारुफ कराऊंगा मिसिज तो। सो साढ़े नाल जिहड़े मिसिज यूरोप पंजाबन यूके दे विनर है, उन्हां दा नाम है सरबजीत कौर। सरबजीत जी, तुहाडा बहुत बहुत स्वागत साढ़े प्रोग्राम पंजाबी वॉइस विद टक नाल। तुसीं भी साढ़े दर्शकां नाल सति श्री अकाल बुला लो। सब तो पहला मैं तुहाडा बहुत बहुत धन्नवाद करना चाहुंदी हां कि तुसीं मैनूं अज इस प्रोग्राम विच सद्दा दित्ता, ते सारिआं नूं मेरे वल्लों प्यार भरी ते निघी सति श्री अकाल। ते दूसरे जिहड़े साढ़े इस मिसिज विच दूसरे रनर अप सी, जिहड़े दूजे नंबर ते रहे ने, ओह है अनु डोगरा जी। अनु डोगरा जी, ਤੁਹਾਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਪੰਜਾਬੀ ਵਾਇਸ ਵਿਦ ਟੱਕ ਵਿੱਚ। ਬਹੁਤ ਬਹੁਤ ਸ਼ੁਕਰੀਆ ਸਰਬਜੀਤ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਬਹੁਤ ਸ਼ੁਕਰ ਗੁਜ਼ਾਰ ਹਾਂ ਇਸ ਸ਼ੋਅ ਦੇ ਹੋਸਟ ਮਿਸਟਰ ਸਰਬਜੀਤ ਟੱਕ ਜੀ ਦੀ, ਤੇ ਹੋਰ ਆਪਣੇ ਸਿੰਘ ਡਿਜੀਟਲ ਮੀਡੀਆ ਹਾਊਸ ਦੀ, ਪ੍ਰੇਮ ਵੈਡਿੰਗ ਡੈਕੋਰੇਸ਼ਨ ਦੀ, ਜਿਨ੍ਹਾਂ ਨੇ ਅੱਜ ਸਾਨੂੰ ਇੰਨੇ ਜੋਗਾ ਕੀਤਾ ਕਿ ਅਸੀਂ ਆ ਕੇ ਤੁਹਾਡੇ ਨਾਲ ਇੱਥੇ ਰੂਬਰੂ ਹੋ ਸਕੀਏ। ਧੰਨਵਾਦ। ਸੋ ਇਹ ਸੀ ਜਿਹੜੇ ਦੂਜੇ ਬਣੇ ਸੀ, ਤੇ ਹੁਣ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਤੀਸਰੇ ਜਿਹੜੇ ਸਾਡੇ ਵਿਨਰ ਸੀ ਮਿਸਿਸ ਦੇ ਵਿੱਚ, ਉਹਨੇ ਪਵਨਦੀਪ ਕੌਰ ਜੀ। ਪਵਨਦੀਪ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਸੀਂ ਆਪਣੇ ਪ੍ਰੋਗਰਾਮ ਪੰਜਾਬੀ ਵਾਇਸ ਵਿਦ ਟੱਕ ਚ। ਹਾਂਜੀ, ਮੇਰੇ ਵੱਲੋਂ ਸਾਰੇ ਹੀ ਮੇਰੇ ਪਿਆਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦਿਲੋਂ ਬਹੁਤ ਬਹੁਤ ਸ਼ੁਕਰਾਨਾ ਕਰਦੀ ਹਾਂ ਸਿੰਘ ਡਿਜੀਟਲ ਮੀਡੀਆ ਵਾਲਿਆਂ ਦਾ ਐਂਡ ਪ੍ਰੇਮ ਡੈਕੋਰੇਸ਼ਨ ਵਾਲਿਆਂ ਦਾ, ਜਿਨ੍ਹਾਂ ਨੇ ਅੱਜ ਸਾਨੂੰ ਇਸ ਜਗ੍ਹਾ ਤੇ ਸਰਬਜੀਤ ਹੁਣਾਂ ਦੇ ਨਾਲ ਲਿਆ ਕੇ ਬਿਠਾਇਆ ਆ, ਜੋ ਕਿ ਅਸੀਂ ਕਦੀ ਸੋਚਿਆ ਵੀ ਨਹੀਂ ਸੀ। ਸੋ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਅਸੀਂ ਇੰਨੇ ਸੋਹਣੇ ਮੁਕਾਮ ਤੇ ਸਾਰੀਆਂ ਪੰਜਾਬਣਾਂ ਆ ਕੇ ਬੈਠੀਆਂ ਆ। ਸਤਿ ਸ਼੍ਰੀ ਅਕਾਲ ਜੀ। ਸੋ ਤਿੰਨੇ ਮਿਸਿਸ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ, ਤੇ ਪਿਆਰੇ ਦਰਸ਼ਕੋ ਹੁਣ ਚੱਲਦੇ ਆ ਆਪਾਂ ਮਿਸ ਵੱਲ। ਔਰ ਇਸ ਪ੍ਰੋਗਰਾਮ ਚ ਮੈਂ ਦੱਸ ਦਵਾਂ ਕਿ ਜਿਹੜੀ ਮਿਸ ਬਣੀ ਹੈ ਨਾ, ਉਹ ਬਹੁਤ ਹੀ ਪਿਆਰੀ ਜੀ, ਨੰਨੀ ਜੀ, ਛੋਟੀ ਜੀ ਕੁੜੀ ਹੈ, ਜਿਹਦੀ ਉਮਰ ਵੀ ਸਭ ਤੋਂ ਘੱਟ ਸੀਗੀ, ਪਰ ਉਸਨੇ ਇਹ ਖਿਤਾਬ ਨੂੰ ਜਿੱਤਿਆ। ਆਓ ਤੁਹਾਨੂੰ ਪਹਿਲਾਂ ਰੂਬਰੂ ਕਰਾਉਣਾ ਇਸ ਮਿਸ ਯੂਰਪ ਪੰਜਾਬਣ 2023 ਦੀ ਵਿਨਰ ਨਾਲ। ਸੋ ਉਹਦਾ ਨਾਮ ਹੈ ਜਸਕੀਰਤ ਕੌਰ। ਜਸਕੀਰਤ ਜੀ, ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਅਸੀਂ, ਤੁਸੀਂ ਵੀ ਸਾਡੇ ਦਰਸ਼ਕਾਂ ਨਾਲ ਸਤਿ ਸ਼੍ਰੀ ਅਕਾਲ ਬੁਲਾ ਲਓ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ। ਸੋ ਇਹ ਸੀ ਜਸਕੀਰਤ, ਤੇ ਇੱਕ ਸਾਡੀ ਜਿਹੜੀ ਵਿਨਰ ਸੀ ਉਹ ਆ ਨਹੀਂ ਸਕੀ, ਲੇਕਿਨ ਅਸੀਂ ਹੁਣ ਮਿਲਾਉਣੇ ਹਾਂ ਸਾਡੀ ਜਿਹੜੀ ਦੂਸਰੀ ਵਿਨਰ ਸੀ ਇਹਦੇ ਇਸ ਕੈਟਾਗਰੀ ਵਿੱਚ, ਮਿਸ ਕੈਟਾਗਰੀ ਵਿੱਚ, ਉਹ ਹੈ ਸਵਿਤਾ ਆਰਿਆ। ਸਵਿਤਾ ਜੀ, ਤੁਹਾਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਵੀ ਸਤਿ ਸ਼੍ਰੀ ਅਕਾਲ ਬੁਲਾ ਲਓ। ਦਰਸ਼ਕਾਂ ਨੂੰ ਜੋ ਵੀ ਦੇਖ ਰਹੇ ਆ, ਬਹੁਤ ਬਹੁਤ ਧੰਨਵਾਦ। ਐਂਡ ਮੈਂ ਬਹੁਤ ਯੂ ਨੋ ਡਿਲਾਈਟਡ ਆ ਕਿ ਇਹਦਾ ਦਾ ਮੌਕਾ ਸਾਡੀ ਕੁੜੀਆਂ ਨੂੰ ਸਾਨੂੰ ਮਿਲਿਆ ਆ। ਸੋ ਥੈਂਕ ਯੂ ਸੋ ਮਚ ਸਾਨੂੰ ਸ਼ਾਮਿਲ ਕਰਨ ਲਈ। ਸੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਇਸ ਪ੍ਰੋਗਰਾਮ ਵਿੱਚ। ਗੱਲਬਾਤ ਕਰਦੇ ਆ ਪਹਿਲਾਂ ਮਿਸਿਸ ਤੋਂ। ਸਰਬਜੀਤ, ਤੁਸੀਂ ਵਿਨ ਕੀਤਾ ਹੈ, ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਤੁਸੀਂ ਜਦੋਂ ਵਿਨ ਕੀਤਾ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਸੀ ਉਸ ਵੇਲੇ? ਸਭ ਤੋਂ ਪਹਿਲਾਂ ਤਾਂ ਮੈਂ ਬਿਲਕੁਲ ਵੀ ਐਕਸੈਪਟ ਨਹੀਂ ਸੀ ਕੀਤੀ ਇਹ ਚੀਜ਼, ਬਿਕੋਜ਼ ਸਾਡਾ ਜਿਹੜਾ ਕੰਪੀਟੀਸ਼ਨ ਸੀ ਬਹੁਤ ਜ਼ਿਆਦਾ ਟਫ ਸੀ ਜੀ। ਇੱਕ ਤੋਂ ਇੱਕ ਸੋਹਣੀਆਂ ਮੁਟਿਆਰਾਂ ਪੰਜਾਬ ਦੀਆਂ, ਪੰਜਾਬੀ ਪਹਿਰਾਵਾ ਤੇ ਉਹਨਾਂ ਦੀ ਬੋਲੀ ਤੇ ਉਹਨਾਂ ਦਾ ਟੈਲੈਂਟ ਸੀ ਜੋ ਉਹਨਾਂ ਨੇ ਸ਼ੋਅ ਕੀਤਾ, ਮੈਂ ਬਿਲਕੁਲ, ਮੈਨੂੰ ਲੱਗਦਾ ਸੀ ਕਿ ਨਹੀਂ, ਮੇਰੀਆਂ ਦੂਸਰੀਆਂ ਭੈਣਾਂ ਵਾਸਤੇ ਮੈਂ ਕਲੈਪ ਕਰਨ ਵਾਸਤੇ ਰੈਡੀ ਸੀ ਕਿ ਉਹ ਵਿਨਰ ਨੇ, ਤੇ ਮੈਂ ਬਿਲਕੁਲ ਵੀ ਐਕਸੈਪਟ ਨਹੀਂ ਸੀ ਕੀਤੀ ਇਹ ਚੀਜ਼। ਪਰ ਮੈਂ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਮੇਰੇ ਸਹੁਰਾ ਪਰਿਵਾਰ ਦਾ ਜੀ, ਜਿਨ੍ਹਾਂ ਨੇ ਮੈਨੂੰ ਅੱਗੇ ਆਉਣ ਵਾਸਤੇ ਬਹੁਤ ਪੁਸ਼ ਕੀਤਾ,
ਇੱਥੇ ਬਹੁਤ ਜ਼ਿਆਦਾ ਤੁਹਾਨੂੰ ਪਤਾ ਸਟ੍ਰੈਸਫੁਲ ਲਾਈਫ ਆ, ਬਿਜ਼ੀ ਲਾਈਫ ਆ, ਤੇ ਮੈਂ ਕਿਤੇ ਨਾ ਕਿਤੇ ਮੈਂ ਕਹਿੰਦੀ ਸੀ ਨਹੀਂ ਮੈਂ ਨਹੀਂ ਕਰਨਾ ਹੈਗਾ, ਜਾਂ ਮੈਂ ਕਾਲਜ ਟਾਈਮ 'ਚ ਕਰਦੀ ਸੀ, ਇੰਡੀਆ ਕਰਦੀ ਸੀ ਆਪਣੇ ਕਾਲਜ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ, ਬਟ ਜਦੋਂ ਉਹਨਾਂ ਨੇ ਮੈਨੂੰ ਸਭ ਤੋਂ ਪਹਿਲਾਂ ਪੁਸ਼ ਕੀਤਾ ਤੇ ਉਹ ਸਾਹਮਣੇ ਸੀ ਮੇਰੇ, ਤੇ ਜਦੋਂ ਮੈਂ ਵਿਨ ਹੋਈ ਮੇਰੀਆਂ ਅੱਖਾਂ ਸਿਰਫ ਮੇਰੇ ਹਸਬੈਂਡ ਤੇ, ਮੇਰੀ ਮਦਰ ਇਨ ਲਾ ਤੇ, ਮੇਰੇ ਸਾਰੇ ਸਹੁਰਾ ਫੈਮਿਲੀ ਤੇ ਸੀ ਕਿ ਮੈਂ ਅੱਜ ਜੋ ਵੀ ਆ ਸਿਰਫ ਉਹਨਾਂ ਕਰਕੇ ਸੀ ਉੱਥੇ। ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇੰਨਾ ਉਸ ਵੇਲੇ ਐਕਸਾਈਟਿਡ ਸੀ ਔਰ ਦੇਖ ਕੇ ਆਪਣੇ ਸਹੁਰਾ ਪਰਿਵਾਰ ਨੂੰ ਦੇਖ ਕੇ ਤੁਸੀਂ ਇਸ ਜਿਹੜੀ ਤੁਹਾਡੀ ਉਸ ਵੇਲੇ ਦੀ ਮੂਮੈਂਟ ਸੀ ਉਹਨੂੰ ਸੈਲੀਬ੍ਰੇਟ ਕੀਤਾ। ਹਾਂਜੀ ਅਨੂ ਜੀ, ਤੁਸੀਂ ਸੈਕਿੰਡ ਨੰਬਰ ਤੇ ਰਹੇ ਹੋ ਇਹਦੇ ਵਿੱਚ, ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ? ਮੈਂ ਤੁਹਾਨੂੰ ਦੱਸਾਂ ਕਿ ਮੈਂ ਆਪਣੇ ਕਾਲਜ ਲਾਈਫ ਤੋਂ ਮੇਰਾ ਇਹ ਡ੍ਰੀਮ ਹੁੰਦਾ ਸੀ ਕਿ ਮੈਂ ਕਦੀ ਇੱਦਾਂ ਦਾ ਪੇਜੈਂਟ ਹੋਵੇ ਤੇ ਮੈਂ ਉਹਦੇ 'ਚ ਪਾਰਟੀਸਪੇਟ ਕਰਾਂ। ਜਿੱਦਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਪਹਿਲਾਂ ਪੇਰੈਂਟਸ ਨਹੀਂ ਸੀ ਅਲਾਓ ਕਰਦੇ, ਉਦੋਂ ਮੈਂ ਕਾਲਜ ਆਈ ਥਿੰਕ ਸੈਕਿੰਡ ਈਅਰ 'ਚ ਸੀ, ਸਾਡਾ ਕੰਪੀਟੀਸ਼ਨ ਹੋਇਆ, ਸਰਬਜੀਤ ਚੀਮਾ ਜੀ ਦੀ ਕੋਈ ਐਲਬਮ ਆਉਣੀ ਸੀ, ਮੈਂ ਪਾਪਾ ਨੂੰ ਪੁੱਛਿਆ ਪਾਪਾ ਆਈ ਵਾਂਟ ਟੂ ਪਾਰਟੀਸਪੇਟ, ਡੈਡ ਕਹਿੰਦੇ ਨਹੀਂ ਬੇਟਾ ਤੁਸੀਂ ਪੜ੍ਹਨ ਜਾਓ ਹਜੇ, ਤੇ ਉਹ ਸੁਪਨੇ ਕਿਤਨਾ ਕਿਤੇ ਹਜੇ ਮੇਰੇ ਦਿਲ 'ਚ ਦੱਬੇ ਹੋਏ ਸੀ, ਤੇ ਮੈਂ ਕਿਹਾ ਚਲੋ ਹੁਣ ਮੇਰੇ ਹਸਬੈਂਡ ਦੀ ਸਪੋਰਟ ਨਾਲ, ਮਦਰ ਇਨ ਲੋ ਫਾਦਰ ਇਨ ਲੋ ਦੀ ਸਪੋਰਟ ਨਾਲ ਮੈਂ ਉਹਨੂੰ ਕਿਹਾ ਕਿ ਮੈਂ ਜਾਣਾ ਚਾਹੁੰਦੀ ਹਾਂ ਕੰਪੀਟੀਸ਼ਨ, ਤੇ ਉਹ ਕਹਿੰਦੇ ਜ਼ਰੂਰ ਜਾਓ ਬੇਟਾ, ਤੁਹਾਡੇ 'ਚ ਯੋਗਤਾ ਹੈਗੀ ਹੈ, ਤੁਸੀਂ ਕਰ ਰਹੇ ਹੋ ਆਲਰੇਡੀ, ਬਿਕੋਜ਼ ਮੈਂ ਆਲਰੇਡੀ ਗਿੱਧਾ ਕਲਾਸਿਸ ਰਨ ਕਰ ਰਹੀ ਹਾਂ, ਬੱਚਿਆਂ ਨੂੰ ਸਿਖਾ ਰਹੀ ਹਾਂ, ਉਹਨਾਂ ਲਈ ਕਾਇੰਡ ਆਫ ਮੈਂ ਇੱਕ ਆਈਡਲ ਬਣ ਗਈ, ਇਟਸ ਅ ਬਿਗ ਵਰਡ ਫੋਰ ਮੀ, ਬਟ ਉਹ ਸਾਰੇ ਮੈਨੂੰ ਦੇਖਦੇ ਹੈ ਕਿ ਜੇ ਮੈਂ ਜਿੱਦਾਂ ਅੱਗੇ ਪ੍ਰੋਗਰੈਸ ਕਰ ਸਕਦੀ ਹਾਂ ਕੱਲ੍ਹ ਨੂੰ ਉਹ ਵੀ ਉੱਦਾਂ ਹੀ ਪ੍ਰੋਗਰੈਸ ਕਰਨਗੇ, ਤੇ ਮੇਰਾ ਮੇਨ ਇਹੀ ਹੁੰਦਾ ਕਿ ਮੈਂ ਉਹਨਾਂ ਲਈ ਇੱਕ ਐਗਜ਼ਾਮਪਲ ਸੈੱਟ ਕਰਨੀ ਹੈ ਕਿ ਦੇਖੋ ਜੇ ਮੈਂ ਆਪਣੇ ਕਲਚਰ ਵੱਲ ਜਾ ਰਹੀ ਹਾਂ ਤੇ ਮੈਂ ਆਹ ਅਚੀਵ ਕਰ ਰਹੀ ਹਾਂ, ਕੱਲ੍ਹ ਨੂੰ ਤੁਸੀਂ ਸਾਰਾ ਫਿਊਚਰ ਹੋ ਤੇ ਤੁਸੀਂ ਇਹ ਸਾਰੀ ਚੀਜ਼ਾਂ ਅਚੀਵ ਕਰ ਰਹੀ ਹੈ, ਤੇ ਬਸ ਉਹਦੇ ਲਈ ਮੈਂ ਇੱਕ ਇੱਕ ਸਟੈਪ ਲੈ ਰਹੀ ਹਾਂ, ਤੇ ਮੇਰਾ ਇਹ ਜਿਹੜਾ ਸਟੈਪ ਸੀ, ਆਈ ਫੀਲ ਸੋ ਹੈਪੀ, ਮੋਰ ਦੈਨ ਮੀ ਉਹਨਾਂ ਨੇ ਜ਼ਿਆਦਾ ਹੈਪੀ ਫੀਲ ਕੀਤਾ, ਬਿਕੋਜ਼ ਜਦੋਂ ਤੁਹਾਡਾ ਟੀਚਰ ਵਿਨ ਕਰਦਾ ਕਿਸੇ ਚੀਜ਼ ਨੂੰ ਜੀ, ਵਾਕਈ ਬੱਚਿਆਂ ਨੂੰ ਖੁਸ਼ੀ ਦੈਨ ਤੁਹਾਨੂੰ ਬਹੁਤ ਇਨਸਪੀਰੇਸ਼ਨ ਮਿਲਦੀ ਹੈ, ਸੋ ਆਈ ਫੈਲਟ ਵੈਰੀ ਹੈਪੀ ਫੋਰ ਦੈਮ। ਚਲੋ ਬਹੁਤ ਵਧੀਆ ਗੱਲ ਹੈ। ਪਵਨਦੀਪ ਜੀ, ਪਵਨਦੀਪ ਕੌਰ ਚਾਹਲ ਜੀ, ਤੁਸੀਂ ਕਿਸ ਤਰ੍ਹਾਂ ਮਹਿਸੂਸ ਕੀਤਾ ਉਸ ਵੇਲੇ, ਕਿਉਂਕਿ ਤੁਹਾਡੇ ਚਿਹਰੇ ਤੇ ਮੈਨੂੰ ਦੇਖ ਕੇ ਲੱਗ ਰਿਹਾ ਵੀ ਤੁਸੀਂ ਵੀ ਐਕਸਾਈਟਿਡ ਹੋ ਗੱਲ ਕਰਨ ਲਈ ਜਲਦੀ, ਇਸ ਕਰਕੇ ਤੁਹਾਨੂੰ ਜਲਦੀ ਪੁੱਛਦੇ ਕਿ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਸੀ? ਹਾਂਜੀ, ਜਿੱਦਾਂ ਕਿ ਸਰਬਜੀਤ ਨੇ ਕਿਹਾ ਕਿ ਹਰ ਇੱਕ ਮੁਟਿਆਰ ਇੱਕ ਤੋਂ ਇੱਕ ਸੋਹਣੀ ਸੀ, ਉਹਨਾਂ ਦੇ ਕੱਪੜੇ, ਉਹਨਾਂ ਦੇ ਗਹਿਣੇ ਇੰਨੇ ਕੁ ਪਿਆਰੇ ਸੀ, ਜਦੋਂ ਵੀ ਅਸੀਂ ਸਾਰਾ ਪ੍ਰੋਗਰਾਮ ਪੂਰਾ ਤਾਂ ਨਹੀਂ ਦੇਖ ਸਕੇ, ਪਰ ਉਹਨਾਂ ਨੂੰ ਤਿਆਰ ਹੁੰਦਿਆਂ, ਉਹਨਾਂ ਨੂੰ ਸਟੇਜ ਤੇ ਥੋੜਾ ਬਹੁਤ ਆਉਂਦਿਆਂ, ਜਿੰਨਾ ਵੀ ਮੈਂ ਦੇਖਿਆ ਉਸ ਵੇਲੇ, ਬਸ ਇੱਕ ਮਿੰਟ ਲਈ ਤਾਂ ਇਦਾਂ ਲੱਗਦਾ ਸੀ ਨਹੀਂ ਇੰਨੇ ਹੁਣ ਆਇਆ, ਨਹੀਂ ਇੰਨੇ ਨਹੀਂ ਪੱਕਾ ਇੰਨੇ ਹੁਣ ਆਇਆ, ਤਾਂ ਆਪਣੇ ਤੇ ਤਾਂ ਲੱਗਦਾ ਹੀ ਨਹੀਂ ਸੀਗਾ ਹਨਾ ਕਿ ਕਿੱਦਾਂ ਆ, ਪਰ ਮੈਨੂੰ ਵੀ ਕਈ ਜਾਣੇ ਕਹਿ ਰਹੇ ਸੀ ਉਸ ਵੇਲੇ ਕਿ ਸਾਨੂੰ ਲੱਗਦਾ ਤੁਸੀਂ ਹੋਵੋਗੇ, ਪਰ ਬਸ ਉਦੋਂ ਤਾਂ ਇੱਕੋ ਹੀ ਗੱਲ ਆਉਂਦੀ ਸੀ, ਅੱਛਾ ਤੁਹਾਡਾ ਮੂੰਹ ਬਖਤਾਵਰ ਹੋਵੇ, ਤੁਹਾਡੇ ਮੂੰਹ ਚ ਖੰਡ ਹੋਵੇ, ਪਰ ਇਹ ਹੀ ਸੀ ਕਿ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਜਿੱਦਾਂ ਕਿ ਆਪਾਂ ਪੰਜਾਬ ਦੇ ਵਿੱਚ ਸਕੂਲਾਂ ਚ ਜਾਈਦਾ ਆ, ਆਪਾਂ ਨੂੰ ਪਤਾ ਹੀ ਹੁੰਦਾ ਆਪਾਂ ਕਿੰਨੀ ਕੁ ਪੜ੍ਹਾਈ ਕੀਤੀ ਆ, ਉਹਦਾ ਹੀ ਆਪਾਂ ਨੂੰ ਫਲ ਮਿਲਣਾ ਆ, ਤੇ ਇਹੀ ਸੋਚਿਆ ਸੀ ਕਿ ਜਿੰਨਾ ਕੁ ਆਪਾਂ ਮਿਹਨਤ ਕੀਤੀ ਹੋਊਗੀ ਅੱਜ ਉਹਦਾ ਫਲ ਸਾਰਿਆਂ ਨੂੰ ਮਿਲੂਗਾ ਉਸ ਹਿਸਾਬ ਦੇ ਨਾਲ ਹੀ ਹਨਾ, ਤੇ ਬਾਕੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਰਕੇ ਮੇਰੇ ਪਰਿਵਾਰ ਨੇ ਮੇਰਾ ਬਹੁਤ ਸਾਥ ਦਿੱਤਾ, ਕਿਉਂਕਿ ਅਸੀਂ ਜਿੱਦਾਂ ਪੰਜਾਬ ਦੇ ਵਿੱਚ ਸਿਰਫ ਪਹਿਲਾਂ ਕਿ ਸਾਡੇ ਜਿੱਦਾਂ ਸਕੂਲ ਦੇ ਟੀਚਰ ਹੁੰਦੇ ਸੀ ਤਾਂ ਕੋਈ 26 ਜਨਵਰੀ ਹੋਣੀ, 15 ਅਗਸਤ ਹੋਣਾ, ਉਹਨਾਂ ਨੇ ਸਾਨੂੰ ਆ ਕੇ ਕਹਿਣਾ ਕਿ ਕੁੜੀਓ 15 ਅਗਸਤ ਆ ਤੇ ਤੁਸੀਂ ਤਿਆਰੀ ਕਰਨੀ ਆ, ਤੇ ਉਸ ਟਾਈਮ ਦੇ ਵਿੱਚ ਜਿੱਦਾਂ ਕੋਈ ਯੂਟਿਊਬ ਨਹੀਂ ਸੀ, ਕੁਛ ਨਹੀਂ ਸੀਗਾ ਤੇ ਸਾਨੂੰ ਕੁਛ ਨਹੀਂ ਸੀ ਪਤਾ ਹੁੰਦਾ, ਤੇ ਅਸੀਂ ਕੀ ਕਰਦੀਆਂ ਸੀ ਕੁੜੀਆਂ ਜਿੱਦਾਂ 7-8 ਇਕੱਠੀਆਂ ਹੋ ਕੇ ਘਰ ਜਾ ਕੇ ਕਿਸੇ ਨੇ ਆਪਣੀ ਦਾਦੀ ਨੂੰ, ਕਿਸੇ ਨੇ ਤਾਈ ਨੂੰ, ਕਿਸੇ ਨੇ ਆਪਣੀ ਭਾਬੀ ਕੋਲ ਜਾਣਾ ਕਿ ਹਾਏ ਅਸੀਂ ਗਿੱਧਾ ਕਰਨਾ ਆ ਹਨਾ, ਸਾਨੂੰ ਕੁਛ ਦੱਸੋ, ਤਾਂ ਅਸੀਂ ਸਾਰੇ ਜਾਣੇ ਇੱਕ ਇੱਕ ਦੋ ਦੋ ਬੋਲੀਆਂ ਸਿੱਖ ਕੇ ਆਈਦੀਆਂ ਸੀ, ਤਾਂ ਜਦੋਂ ਅਸੀਂ ਆਪਣੀਆਂ ਟੀਚਰਾਂ ਦੇ ਮੂਹਰੇ ਜਾ ਕੇ ਖੁਦ ਤਿਆਰੀ ਕਰਕੇ ਉਹਨਾਂ ਦੇ ਮੂਹਰੇ ਗਿੱਧਾ ਪਾਈਦਾ ਸੀ ਜਾ ਕੇ, ਤਾਂ ਇੰਨਾ ਖੁਸ਼ ਹੁੰਦੇ ਸੀ ਨਾ ਸਾਨੂੰ ਦੇਖ ਕੇ, ਤਾਂ ਸਾਨੂੰ ਬਹੁਤ ਪ੍ਰਾਊਡ ਹੁੰਦਾ ਸੀ, ਇਸ ਕਰਕੇ ਉਹ ਅਸੀਂ ਚੀਜ਼ਾਂ ਜਦੋਂ ਉਹਨਾਂ ਕੋਲੋਂ ਸਿੱਖੀਆਂ ਆ ਤੇ ਉਹ ਸਾਨੂੰ ਐਨ ਮੂੰਹ ਜਵਾਨੀ ਹਜੇ ਤੱਕ ਵੀ ਯਾਦ ਆ ਸਾਰਾ ਕੁਛ, ਤੇ ਬਾਕੀ ਬਹੁਤ ਵਧੀਆ ਪ੍ਰੋਗਰਾਮ ਸੀ, ਤੇ ਜਿੱਦਾਂ ਮੈਂ ਆਪਣੇ ਜੀਵਨ ਸਾਥੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਆਪਣੇ ਬੱਚਿਆਂ ਦਾ ਜਿਨ੍ਹਾਂ ਦੀ ਸਪੋਰਟ ਕਰਕੇ ਅੱਜ ਮੈਂ ਇੱਥੇ ਹਾਂ ਤਾਂ ਇਹ ਖਿਤਾਬ ਜਿੱਤਿਆ ਆ। ਚਲੋ ਤੁਹਾਨੂੰ ਤਿੰਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ, ਤੇ ਫਿਰ ਦਰਸ਼ਕੋ ਹੁਣ ਚੱਲਦੇ ਹਾਂ ਆਪਾਂ ਮਿਸ ਕੈਟਾਗਰੀ ਵੱਲ। ਇਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਮਿਸ ਕੈਟਾਗਰੀ ਵਿੱਚ ਸਾਡੀ ਇੱਕ ਜਿਹੜੀ ਵਿਨਰ ਸੀ ਉਹ ਨਹੀਂ ਪਹੁੰਚ ਸਕੀ, ਕਿਉਂਕਿ ਤੁਹਾਨੂੰ ਪਤਾ ਕਿ ਕੰਮਾਂਕਾਰਾਂ ਦੀ ਇੱਥੇ ਜਦੋਂ ਬਾਹਰ ਆ ਜਾਂਦੇ ਉਹ ਵੀ ਸਾਨੂੰ ਕੰਮ ਵੀ ਦੇਖਣੇ ਪੈਂਦੇ ਆ, ਉਹ ਤਾਂ ਨਹੀਂ ਪਹੁੰਚੀ, ਪਰ ਉਹਨਾਂ ਦਾ ਨਾਮ ਮੈਂ ਦੱਸ ਦਿੰਦਾ, ਉਹਨਾਂ ਦਾ ਨਾਂ ਸੀ ਸੁਸ਼ੀਲ ਬੱਬਰ, ਪਰ ਉਹ ਇਸ ਵੇਲੇ ਸਾਡੇ ਕੋਲ ਨਹੀਂ ਪਹੁੰਚ ਸਕੇ, ਬਟ ਫਿਰ ਵੀ ਸਾਡੇ ਕੋਲ ਦੋ ਜਿਹੜੀਆਂ ਵਿਨਰਸ ਹੈ ਮਿਸ ਕੈਟਾਗਰੀ ਵਿੱਚ ਉਹ ਪਹੁੰਚੀਆਂ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਗੱਲ ਕਰਦੇ ਹਾਂ ਇਸ ਮਿਸ
ਚੋੜੀ ਚੋੜੀ ਥ੍ਰੀ ਜਿਹੜੀ ਹੈ ਯੂਰੋਪੀਅਨ ਪੰਜਾਬਣ ਬਣੀ ਹੈ ਸਾਡੀ ਉਹਦੀ ਵਿਨਰ ਨਾਲ ਜਿਹਦਾ ਨਾਂ ਹੈ ਜਸਕੀਰਤ ਕੌਰ। ਜਸਕੀਰਤ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ। ਥੈਂਕ ਯੂ ਸੋ ਮਚ। ਤੁਸੀਂ ਦੱਸੋ ਵੀ ਕਿਸ ਤਰ੍ਹਾਂ ਮਹਿਸੂਸ ਕੀਤਾ? ਇੱਕ ਤਾਂ ਤੁਸੀਂ ਸਭ ਤੋਂ ਛੋਟੇ ਸੀ, ਬਹੁਤ ਨੋਟੀ ਜਿਹੇ ਚੁਲਬੁਲੇ ਜਿਹੇ ਬੱਚੇ ਜਿਹੇ ਸੀਗੇ, ਪਰ ਜਦੋਂ ਤੁਹਾਨੂੰ ਅਨਾਊਂਸ ਕਰ ਰਹੇ ਸੀ ਅਸੀਂ ਉਸ ਵੇਲੇ ਸਟੇਜ 'ਤੇ, ਤੁਹਾਡੇ ਦਿਲ ਦੀ ਧੜਕਣਾ ਉਸ ਵੇਲੇ ਤੁਸੀਂ ਕੀ ਕਹਿ ਰਹੀਆਂ ਸੀ? ਤੁਹਾਨੂੰ ਥੋੜ੍ਹੀ ਨਰਵਸ ਸੀਗੀ ਮੈਂ। ਓਕੇ। ਅਤੇ ਹਾਂ, ਲਾਈਕ ਕਿਤੇ ਨਾ ਕਿਤੇ ਹੋਪ ਸੀਗੀ ਕਿਉਂਕਿ ਮੈਂ ਤਿਆਰੀ ਕੀਤੀ ਸੀ। ਅੱਛਾ। ਜਿਨ੍ਹਾਂ ਕਰਕੇ ਮੈਂ ਆਈ ਇੱਥੇ, ਤੇ ਮੈਂ ਲੰਡਨ ਤੋਂ ਟੈਲਫਰਡ ਆਈ, 2-3 ਘੰਟੇ ਦਾ ਸਫ਼ਰ ਹੈਗਾ, ਉਹਨਾਂ ਨੇ ਲਾਈਕ ਅਪ ਡਾਊਨ ਕਰਾਇਆ, ਲਾਈਕ ਮੇਰੇ ਨਾਲ ਰਹੇ, ਹੈ ਨਾ, ਲਾਈਕ ਸਾਰਾ, ਈਵਨ ਕਿ ਮੇਰੇ ਕੋਸਟਿਊਮ ਹੋ ਗਏ, ਪਿੰਨ ਕੋਸਟਿਊਮ ਬਦਲੇ ਸੀਗੇ, ਤੇ ਸਭ ਕੁਛ ਉਹਨਾਂ ਨੇ ਕੀਤਾ। ਓਕੇ। ਤੇ ਸੋ ਤਿਆਰੀ ਸੀ, ਬਹੁਤ ਐਕਸਾਈਟਡ ਸੀ ਉਸ ਵੇਲੇ। ਹਾਂਜੀ। ਹੁਣ ਚੱਲਦੇ ਹਾਂ ਸਾਡੀ ਜਿਹੜੀ ਅਗਲੀ ਵਿਨਰ ਸੀਗੀ ਜੋ ਰਨ ਅਪ ਰਹੀ ਹੈ ਸਾਡੀ, ਸਵਿਤਾ ਆਰਿਆ। ਸਵਿਤਾ ਜੀ, ਤੁਸੀਂ ਕਿਸ ਤਰ੍ਹਾਂ ਮਹਿਸੂਸ ਕੀਤਾ? ਮੈਂ ਬਹੁਤ ਖੁਸ਼ੀ ਮਹਿਸੂਸ ਕੀਤਾ ਕਿ ਯੂ ਨੋ ਸਾਨੂੰ ਕੁੜੀਆਂ ਨੂੰ ਇੱਕ ਇਹੋ ਜਿਹਾ ਪਲੇਟਫਾਰਮ ਮਿਲਿਆ ਜਿੱਥੇ ਆਪਾਂ ਟੈਲੈਂਟ ਵੀ ਦਿਖਾ ਸਕਦੇ ਹਾਂ, ਤੇ ਨਾਲ ਨਾਲ ਆਪਾਂ ਆਪਣਾ ਪੰਜਾਬੀ ਕਲਚਰ ਵੀ ਲਾਈਕ ਅਲਾਈਵ ਰੱਖ ਸਕਦੇ ਹਾਂ। ਸੋ ਮੈਂ ਤਾਂ ਓਬਵੀਅਸਲੀ ਲਾਈਕ ਮੈਂ ਯੂਕੇ ਚ ਬੋਰਨ ਐਂਡ ਬਰੋਟ ਅਪ ਆ, ਬਟ ਪੰਜਾਬ ਵਿੱਚ ਕਾਫੀ ਲਾਈਕ ਕਲਚਰ ਜੁੜਿਆ ਆ, ਲਾਈਕ ਸਾਡਾ ਪਿੰਡ ਹੁਸ਼ਿਆਰਪੁਰ ਹੈਗਾ ਆ। ਸੋ ਬਹੁਤ ਹੀ ਖੁਸ਼ੀ ਦੀ ਗੱਲ ਸੀਗੀ ਕਿ ਯੂ ਨੋ ਆਈ ਐਮ ਪਾਰਟ ਆਫ ਦਿਸ, ਮੈਨੂੰ ਇੱਕ ਮੌਕਾ ਮਿਲਿਆ ਸਾਡਾ ਪੰਜਾਬੀ ਕਲਚਰ ਯੂ ਨੋ ਕੰਟੀਨਿਊ ਰੱਖਣ ਲਈ। ਸੋ ਵੈਰੀ ਹੈਪੀ। ਓਕੇ। ਪ੍ਰਦਰਸ਼ਕ ਇੱਥੇ ਮੈਂ ਦੱਸ ਦਵਾਂ, ਕਿਉਂਕਿ ਜਿਸ ਤਰ੍ਹਾਂ ਸਵਿਤਾ ਨੇ ਗੱਲ ਕੀਤੀ ਹੈ ਕਿ ਇੱਥੇ ਦੀ ਬੋਰਨ ਬਰੋਟ ਅਪ ਹੈ, ਅਸੀਂ ਇਸ ਪ੍ਰੋਗਰਾਮ ਨੂੰ ਦਿਖਾਉਣ ਦਾ ਸਾਡਾ ਮੇਨ ਮਕਸਦ ਇਹੀ ਹੈ ਕਿ ਸਾਡੇ ਜਿਹੜੇ ਬੱਚੇ ਆ ਜੋ ਇੱਥੇ ਬੋਰਨ ਬਰੋਟ ਅਪ ਹੋਏ ਆ, ਜਿਹੜੇ ਇੰਡੀਆ ਤੋਂ ਆਏ ਜਾਂ ਉਹਨਾਂ ਨੂੰ ਤਾਂ ਪਤਾ ਹੈ ਪੰਜਾਬੀ ਕਲਚਰ ਦਾ, ਲੇਕਿਨ ਇਸ ਪ੍ਰੋਗਰਾਮ ਕਰਾਉਣ ਦਾ ਜੋ ਮੇਨ ਮਕਸਦ ਸੀਗਾ ਸਿੰਘ ਡਿਜੀਟਲ ਮੀਡੀਆ ਸਵੀਡਨ ਤੋਂ ਔਰ ਪ੍ਰੇਮ ਵੈਡਿੰਗ ਟੈਲਫੋਰਡ ਵਾਲੇ ਜਿਹੜੇ ਆ ਉਹਨਾਂ ਨੇ ਇਹ ਮਿਲ ਕੇ ਕੋਲੈਬਰੇਸ਼ਨ 'ਚ ਕਰਾਇਆ ਸੀ, ਜਿਹੜਾ ਇਹ ਪ੍ਰੋਗਰਾਮ ਕਰਾਇਆ ਉਹਦਾ ਮੇਨ ਮਕਸਦ ਇਹੀ ਸੀ ਕਿ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੋੜੀਏ। ਸੋ ਇਹਦੇ ਵਿੱਚ ਟ੍ਰੈਡੀਸ਼ਨ ਵਿਦ ਬਿਊਟੀ ਸੀਗਾ, ਇਹ 'ਚ ਕੋਈ ਗਲੈਮਰ ਨਹੀਂ, ਕੁਛ ਨਹੀਂ ਸੀ ਰੱਖਿਆ। ਸਭ ਤੋਂ ਵੱਡੀ ਗੱਲ ਸੀ ਇਹ ਕਿ ਇਹਨੂੰ ਕਲਚਰ ਬੇਸ ਬਣਾਇਆ ਗਿਆ ਇਸ ਸ਼ੋਅ ਨੂੰ, ਔਰ ਅੱਜ ਉਹਦੀਆਂ ਜਿਹੜੀ ਵਿਨਰਸ ਨੇ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਬੱਚੇ ਇੱਥੇ ਬੋਰਨ ਬਰੋਟ ਅਪ ਹੋਏ ਆ ਉਹ ਪੰਜਾਬੀ ਬੋਲ ਕੇ ਪੰਜਾਬੀ ਕਲਚਰ ਨਾਲ ਜੁੜ ਕੇ ਤੁਹਾਡੇ ਇੱਥੇ ਰੂਬਰੂ ਹੈ ਔਰ ਉਹ ਸਾਡੇ ਕੋਲ ਜਿੱਤ ਕੇ ਇੱਥੇ ਪਹੁੰਚੇ ਨੇ। ਸਰਬਜੀਤ ਜੀ, ਇੱਕ ਸਵਾਲ ਤੁਹਾਨੂੰ ਪੁੱਛਦਾ ਕਿ ਤੁਸੀਂ ਹੁਣ ਵਿਨ ਕਰ ਲਿਆ, ਠੀਕ ਹੈ, ਤੁਹਾਨੂੰ ਪਤਾ ਕੀ ਆ, ਤੁਸੀਂ ਯੂਕੇ ਦੇ ਮਿਸਿਜ਼ ਵਿਨ ਬਣ ਚੁੱਕੇ ਹੋ, ਔਰ ਅਗਲਾ ਜਿਹੜਾ ਸਟੈਪ ਹੈ ਉਹ ਤੁਹਾਡਾ ਹੈਗਾ ਹੁਣ ਯੂਰੋਪੀਅਨ ਪੰਜਾਬ ਜਿਹੜਾ ਹੋਣਾ ਪੰਜਾਬਣ ਯੂਕ ਆਪਣਾ ਇਟਲੀ ਦਾ, ਇਟਲੀ ਵਿੱਚ ਹੋਣਾ ਹੈ 2024 'ਚ ਜਾ ਕੇ ਗ੍ਰੈਂਡ ਫਿਨਾਲੇ, ਕਿਉਂਕਿ ਇਹਦੀ ਜਿਹੜੀਆਂ ਵਿਨਰਸ ਜਿੱਤ ਕੇ ਉੱਥੇ ਜਾਣੀਆਂ ਆ, ਉਹਦੇ ਲਈ ਤੁਸੀਂ ਕਿੰਨੀ ਤਿਆਰੀ ਕਰ ਰਹੇ, ਕਿਸ ਤਰ੍ਹਾਂ ਸੋਚ ਰਹੇ? ਉਸ ਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਮੈਂ ਤੇ ਮੇਰੀ ਮਦਰ ਇਨ ਲਾਅ ਮਿਲ ਕੇ ਆਪਣਾ ਟ੍ਰੈਡੀਸ਼ਨਲ ਜਿਹੜੇ ਆਪਣੇ ਦਾਦੀਆਂ ਦੇ ਟਾਈਮ ਦੇ ਕੋਸਟਿਊਮ ਹੁੰਦੇ ਸੀ ਸਭ ਤੋਂ ਪਹਿਲਾਂ, ਕਿਉਂਕਿ ਉਹ ਬਣਨ ਵਾਸਤੇ ਟਾਈਮ ਲੱਗਦਾ ਜੀ, ਤੇ ਸਭ ਤੋਂ ਪਹਿਲਾਂ ਤਾਂ ਅਸੀਂ ਹੁਣ ਉਹ ਡਿਸਾਈਡ ਕਰ ਰਹੇ ਹਾਂ। ਮੈਂ ਚਾਹੁੰਦੀ ਹਾਂ ਮੈਂ ਜਿੰਨਾ ਪੁਰਾਣੇ ਤੋਂ ਪੁਰਾਣਾ ਫਾਇੰਡ ਆਊਟ ਕਰਕੇ ਆਪਣਾ ਉਹ ਸਾਹਮਣੇ ਪੇਸ਼ ਕਰ ਸਕਦੀ ਹਾਂ, ਕਿਉਂਕਿ ਹੁਣ ਸਾਡੇ ਪੰਜਾਬੀ ਜਿਹੜੇ ਪਹਿਰਾਵੇ ਨੂੰ ਵੀ ਇੱਕ ਨਾ ਮਾਡਰਨ ਟੱਚ ਦੇ ਦਿੱਤਾ ਗਿਆ ਆ, ਕਿ ਜਿਹਨੂੰ ਦੇਖਣ ਨੂੰ ਤਾਂ ਉਹ ਪੰਜਾਬੀ ਲੱਗਦਾ ਆ ਬਟ ਉਹਦੇ ਵਿੱਚ ਇੱਕ ਮਿਕਸ ਹੋ ਗਈ ਆ ਉਹ ਚੀਜ਼ ਹੈ। ਪਰ ਮੈਂ ਚਾਹੁੰਦੀ ਹਾਂ ਕਿ ਮੈਂ ਸਭ ਤੋਂ ਪਹਿਲਾਂ ਤਾਂ ਮੇਰੀ ਜਿਹੜੀ ਦਿੱਖ ਹੋਵੇ ਸਟੇਜ ਤੇ ਪ੍ਰੋਪਰ, ਉਹ ਮੇਰੀ ਦਾਦੀ ਜਾਂ ਦਾਦੀ ਦੀ ਅੱਗੇ ਜਿਹੜੀ ਸੱਸ ਸੀ, ਪੜਦਾਦੀ ਸੱਸ, ਪੜਦਾਦੀ, ਹੈ ਨਾ, ਤੇ ਉਹਨੂੰ ਦਿਖਾਵੇ ਸਟੇਜ ਤੇ, ਇਹ ਮੇਰਾ, ਕਿਉਂਕਿ ਮੈਂ ਆਪਣੇ ਪਹਿਰਾਵੇ ਨੂੰ ਸਭ ਤੋਂ ਪਹਿਲਾਂ ਤਾਂ ਪ੍ਰੋਪਰ ਟ੍ਰੈਡੀਸ਼ਨਲ ਆਪਣਾ ਪਹਿਰਾਵਾ ਸਭ ਤੋਂ ਪਹਿਲਾਂ ਤਾਂ ਮੈਂ ਉਹ ਫਾਇੰਡ ਆਊਟ ਕਰ ਰਹੀ ਹਾਂ ਕਿ ਮੈਂ ਉਹ ਸਟੇਜ ਤੇ ਦਿਖਾਉਣਾ ਚਾਹੁੰਦੀ ਹਾਂ ਇਸ ਟਾਈਮ ਦੇ ਵਿੱਚ, ਉਹ ਵੀ ਆਪਣੀਆਂ ਬਾਹਰ ਕੰਟਰੀਜ਼ ਦੇ ਵਿੱਚ ਜੀ, ਕਿਉਂਕਿ ਸਾਨੂੰ ਪਤਾ ਹੈ ਕਿ ਉੱਥੇ ਕੰਪੀਟੀਸ਼ਨ ਬਹੁਤ ਬੜਾ ਹੋਣਾ ਆ। ਇੱਥੇ ਆਪਣੇ ਕੋਲ ਚਲੋ ਆਪਾਂ 100 ਕੁੜੀਆਂ ਚੋਂ 17 ਕੁੜੀਆਂ ਜਿਹੜੀਆਂ ਮੇਨ ਸੀ ਉਹ ਚੁਣ ਕੇ ਲੈ ਕੇ ਆਏ ਸੀ, ਲੇਕਿਨ ਜਿਹੜਾ ਅਗਲਾ ਹੋਣਾ ਆ ਉੱਥੇ ਪੂਰੇ ਯੂਰਪ ਤੋਂ ਕੁੜੀਆਂ ਆਉਣੀਆਂ ਆ, ਜਿੱਤ ਕੇ ਆਉਣੀਆਂ ਆ, ਤੁਸੀਂ ਜਦੋਂ ਇੱਥੋਂ 6 ਜਣਿਆਂ ਨੇ ਜਾਣਾ ਇੱਥੋਂ, ਪਰ ਉੱਥੇ ਜਿਹੜਾ ਮੁਕਾਬਲਾ ਬਹੁਤ ਟਫ ਹੋਣਾ ਹੈ ਨਾ, ਉਹਦੇ ਵਾਸਤੇ ਮੈਂ ਤੁਹਾਨੂੰ ਤਾਂ ਪੁੱਛਿਆ ਕੀ ਤਿਆਰੀ ਕਰ ਰਹੇ ਹੋ? ਬੜੀ ਅੱਛੀ ਗੱਲ ਹੈ ਕਿ ਤੁਸੀਂ ਉਸ ਟ੍ਰੈਡੀਸ਼ਨ ਨੂੰ ਪੇਸ਼ ਕਰਨਾ ਚਾਹੁੰਦੇ ਹੋ ਜੋ ਆਪਣੇ ਮਦਰ ਇਨ ਲਾਅ ਦੇ ਨਾਲ ਮਿਲ ਕੇ ਕਰ ਰਹੇ ਹਾਂ। ਸੋ ਹੋਪ ਤੁਸੀਂ ਵਧੀਆ ਹੀ ਕਰੋਗੇ ਉੱਥੇ ਜਾ ਕੇ ਵੀ। ਤੁਹਾਨੂੰ ਇਹੀ ਸਵਾਲ ਤੁਹਾਨੂੰ ਕਿ ਤੁਸੀਂ ਹੁਣ ਜਿਹੜਾ ਅੱਗੇ ਆਪਣਾ ਸ਼ੋਅ ਹੋਣਾ ਹੈ ਜਾਂ ਪੇਜੈਂਟ ਹੋਣਾ ਆ, ਉਹਦੇ ਵਾਸਤੇ ਕਿੰਨੀ ਤਿਆਰੀ ਕਰ ਰਹੇ ਹੋ?
सर जी मैं तुम दसना चाहूंगी कि बिकॉज मैं गिदा क्लासेस रन कर रही है ता यही चीज ता मेरी कह लो कंटिन्यू चल रही है ठीक है ना क्योंकि बहुत मेरा सब तो ज्यादा पैनिक मोड वाला है क्वेश्चन आंसर राउंड आई थिंक सानू काफी कुछ पता भी है बट स्टिल ओ नर्वसनेस हुंदी है स्टेज ते जान तो पहला कि क्वेश्चन पूछा जाऊगा मेनू आऊगा कि नहीं आऊगा तो मैं थोड़ा जिहा ओदे वल ज्यादा ध्यान दूंगी कि मैं वो स्टडी ज्यादा तो ज्यादा जिन्ना डीपेस्ट मैं उस जा सकती हूं ताकि कोई टॉपिक अनटच ना रहे मेरे तो ते बाकी जेड़ा तुसी कह लो ड्रेसेस है इज पार्ट ऑफ द थिंग तो यू हैव टू डू दैट एज वेल सो चलो बड़ी खुशी की गल है कि तुसी भी तैयारी कर रहे हो पवनदीप जी थोड़ी तैयारी किस तरह चल रही है क्योंकि बहुत बड़ा पेजेंट होना हो हां जी ग्रैंड फिनाले होना है वो जाके नेक्स्ट ईयर ओदे वास्ते किस तरह दी तैयारी शुरू हो रही थोड़ी जिदा के मैं ए सोचदी हां कि इस कंपटीशन दे विच जिदा मैं लाइव कीता सी जी ते मेनू सारेयां ने एही सलाह दित्ती सी कि तू जिदा लाइव कर दी हां सारा कुछ जी हुण मैं एही चाहुंदी हां कि जो कुछ असी सारे पंजाबी कई अलोप होई जांदियां साडियां चीजां जिदा जी घोड़ियां सुहाग जदों हुण असी किसे दे विआह ते जाईदा आ तां उत्थे कई बार सीधे जाके डीजे ला दिंदे आ असि यह चाहते हैं कि असि अपना पूरा कल्चर दिखाईए ओदे विच जिदा के घोड़ी सुहाग कुछ गावां मैं ते ओदे नाल दी नाल जो असि साडा जिदा समान आ जिदा घड़े आ साडे मधाणियां आ कुछ असि ओ भी नाल उहनां नूं दिखाईए साडे कल्चर दे विच हांजी सारा कुछ के किदा असि पहले समय विच जो भी असि जिहड़ी चीजां तों ग्रो अप होए आ ओह सारा कुछ नाल दी नाल दिखाया जावे एंड पहरावा ता सानू सारिया नू पता ही आ कि साडा पंजाबणा दा की आ ते ओनू ता कोई हरा ही नहीं सकदा है ना कोई जिन्ने मर्जी वेस्टर्न सोहने कपड़े पा लैण पर जदों असी पंजाबी सूट दे विच आईदा आ ता फिर ता बस सारिया दी अखां पंजाबणा ते ही हुंदियां आ क्या बात है बहुत वधिया बहुत सोहनी गल कीती कि पंजाबी ड्रेस जिहड़ा है ना ओह इन्ना वधिया हुंदा कि जिहड़ी मर्जी कुड़ी पा लवे ओह अपने आप ही सोहनी लगण लग पैंदी आ ਇਹੀ ਸਵਾਲ ਜਸਕਿਰ ਜੀ ਤੁਹਾਨੂੰ ਤੁਸੀਂ ਕਿਸ ਤਰ੍ਹਾਂ ਦੀ ਤਿਆਰੀ ਸ਼ੁਰੂ ਕੀਤੀ ਹੈ ਹੁਣ ਕਿਉਂਕਿ ਤੁਹਾਨੂੰ ਪਤਾ ਕਿ ਗ੍ਰੈਂਡ ਫਿਨਾਲੇ ਹੋਣਾ ਆ ਨੈਕਸਟ ਈਅਰ ਜਿਹੜਾ ਆਪਣਾ ਹੋਣਾ ਯੂਰਪ ਪੰਜਾਬਣ ਹੈ ਨਾ 2024 ਉਹਦਾ ਗ੍ਰੈਂਡ ਫਿਨਾਲੇ ਇਟਲੀ ਵਿੱਚ ਹੋਣਾ ਹੈ ਤੁਹਾਡੀ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਉਹਦੇ ਲਈ ਸੋ ਹੁਣ ਜਦੋਂ ਆਹ ਕੰਪੀਟੀਸ਼ਨ ਸੀਗਾ ਤਾਂ ਮੈਂ ਇੱਕ ਵੀਕ ਪਹਿਲਾਂ ਮੈਂ ਲਾਈਕ ਦੇਖਣਾ ਸ਼ੁਰੂ ਕੀਤਾ ਕਿ ਹਾਂ ਵੀ ਤੀਜਾ ਰਾਊਂਡ ਹੈਗਾ ਆ ਲਾਈਕ ਕੁਐਸਚਨ ਆਨਸਰ ਦਾ ਤੇ ਮੈਂ ਉਹਦੀ ਤਿਆਰੀ ਕਰਾਂ ਫਿਰ ਮੈਂ ਯੂਟਿਊਬ ਤੇ ਦੇਖਣੀਆਂ ਸ਼ੁਰੂ ਕੀਤੀਆਂ ਵੀਡੀਓ ਤੇ ਕਾਫੀ ਕੁਛ ਪਤਾ ਲੱਗਿਆ ਤਾਂ ਮੈਂ ਉੱਥੇ ਦੇ ਲਾਈਕ ਪਤਾ ਲੱਗਾ ਕਿ ਮਧਾਣੀ ਕਿੱਦਾਂ ਯੂਜ ਕਰਦੇ ਆ ਫਿਰ ਚਰਖਾ ਕਿੱਦਾਂ ਚਲਾਉਂਦੇ ਆ ਉਹਦੇ ਪਾਰਟ ਕਿਹੜੇ ਹੁੰਦੇ ਆ ਤਾਂ ਫਿਰ ਕਈ ਏਦਾਂ ਦੇ ਕੁਐਸਚਨ ਮੈਂ ਦੇਖਣੇ ਕਿ ਹਾਂ ਜਦੋਂ ਆਨਸਰ ਨਹੀਂ ਪਤਾ ਲੱਗਾ ਫਿਰ ਮੈਂ ਪਾਪਾ ਨੂੰ ਪੁੱਛਿਆ ਫਿਰ ਮੈਂ ਭੂਆ ਜੀ ਨੂੰ ਪੁੱਛਿਆ ਮੈਂ ਆਪਣੇ ਨਾਨੀ ਨਾਨੂ ਨੂੰ ਪੁੱਛਿਆ ਕਿ ਹਾਂ ਲਾਈਕ ਇਹ ਕਿੱਦਾਂ ਮਤਲਬ ਕੀ ਹੁੰਦਾ ਆ ਹੈ ਨਾ ਤਾਂ ਬਹੁਤ ਕੁਛ ਪਤਾ ਲੱਗਾ ਕਿ ਜੋ ਚੀਜ਼ਾਂ ਨਹੀਂ ਪਤਾ ਸੀਗੀਆਂ ਟਿਪੀਕਲ ਚੀਜ਼ਾਂ ਹੋ ਗਈਆਂ ਕੋਈ ਟਿਪੀਕਲ ਵਰਡ ਹੋ ਗਏ ਉਹ ਸਾਰੇ ਪੁੱਛੇ ਫਿਰ ਮੈਂ ਲਾਈਕ ਥੋੜ੍ਹੀ ਜਿਹੀ ਸ਼ਰਮ ਵੀ ਆਈ ਕਿ ਨਹੀਂ ਪਤਾ ਕਿ ਪਤਾ ਹੋਣੇ ਚਾਹੀਦੇ ਕਿ ਪੰਜਾਬ ਤੋਂ ਆਏ ਹਾਂ ਤਾਂ ਮੈਂ ਹੁਣ ਇਸ ਚੀਜ਼ ਨੂੰ ਲਾਈਕ ਕੰਟੀਨਿਊ ਕਰੂੰਗੀ ਕਿ ਹਾਂ ਹੁਣ ਇਹ ਨਹੀਂ ਹੈ ਕਿ ਕੰਪੀਟੀਸ਼ਨ ਹੋ ਗਿਆ ਤੇ ਮੈਂ ਬੰਦ ਕਰਦਾ ਦੇਖਣੀ ਆ ਤੇ ਮੈਂ ਲਾਈਕ ਆਈ ਵਾਂਟ ਐਕਸਪਲੋਰ ਮੋਰ ਓਕੇ ਮੈਂ ਅਗਲਾ ਸਵਾਲ ਤੁਹਾਨੂੰ ਬਾਅਦ ਚ ਪੁੱਛੂਗਾ ਪਹਿਲਾਂ ਸਵਿਤਾ ਨੂੰ ਪੁੱਛਦੇ ਸਵਿਤਾ ਤੁਸੀਂ ਕਿਸ ਤਰ੍ਹਾਂ ਆਪਣੀ ਤਿਆਰੀ ਸ਼ੁਰੂ ਕਰ ਰਹੇ ਹੋ ਹੁਣ ਅਗਲੇ ਗ੍ਰੈਂਡ ਫਿਨਾਲੇ ਵਾਸਤੇ ਜੀ ਆਈ ਮੀਨ ਪਹਿਲਾਂ ਤਾਂ ਗ੍ਰੇਟਫੁਲ ਹੈ ਕਿ ਆਪਾਂ ਗ੍ਰੈਂਡ ਫਿਨਾਲੇ ਤੱਕ ਪਹੁੰਚ ਗਏ ਹਾਂ ਪਰ ਤਿਆਰੀ ਤਾਂ ਓਬਵੀਅਸਲੀ ਬਹੁਤ ਕੁਝ ਕਰਨੀ ਪੈਣੀ ਹੁਣ ਆਈ ਥਿੰਕ ਨੈਕਸਟ ਈਅਰ ਆ ਸੋ 6 ਮਹੀਨੇ ਜੋ ਜਿੰਨੇ ਵੀ ਮਹੀਨੇ ਹੈਗੇ ਆ ਇਹਦੇ ਵਿੱਚ ਮੈਂ ਆਪਣੀ ਨੌਲੇਜ ਜ਼ਿਆਦਾ ਜ਼ਿਆਦਾ ਐਕਸਪੈਂਡ ਕਰਨੀ ਆ ਲਾਈਕ ਰੀਡਿੰਗ ਹੈ ਨਾ ਐਂਡ ਯੂਟਿਊਬ ਵੀਡੀਓਜ਼ ਆਨਲਾਈਨ ਸਾਡੇ ਪੰਜਾਬੀ ਕਲਚਰ ਬੋਲੀ ਨੂੰ ਥੋੜ੍ਹਾ ਜਿਹਾ ਹੋਰ ਨਿਖਾਰਨਾ ਮੈਂ ਕਿਉਂਕਿ ਆਈ ਥਿੰਕ ਬੋਲੀ ਸਭ ਤੋਂ ਇੰਪੋਰਟੈਂਟ ਹੈ ਇਹਦੇ ਵਿੱਚ ਜਿਹੜੀ ਸਾਡੀ ਪੰਜਾਬੀ ਬੋਲੀ ਆ ਸੋ ਬਸ ਉਹਦੇ ਉੱਤੇ ਮੈਂ ਤਿਆਰੀਆਂ ਕਰਨੀ ਆ ਐਂਡ ਹੋਰ ਲਰਨ ਕਰਨਾ ਆ ਸੋ ਜਸਕੀਤ ਐਂਡ ਸਵਿਤਾ ਤੁਸੀਂ ਦੋਨੇ ਹੀ ਇੱਥੇ ਪੜ੍ਹੇ ਹੋ ਜੀ ਇੱਥੇ ਬੋਰਨ ਹੋਏ ਹੋ ਨਾ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਆਪਾਂ ਪੇਜੈਂਟ ਜੇ ਕੀਤਾ ਹੈ ਇਹ ਪੇਜੈਂਟ ਤੁਹਾਡੇ ਲਈ ਕਿੰਨਾ ਕੁ ਮਹੱਤਵਪੂਰਨ ਹੋਇਆ ਜਾਂ ਕਿੰਨਾ ਕੁ ਵਧੀਆ ਸਾਬਤ ਹੋਇਆ ਕਿ ਤੁਸੀਂ ਜਿੱਤੇ ਹੋ ਔਰ ਤੁਹਾਨੂੰ ਆਪਣੇ ਕਲਚਰ ਦੇ ਨਾਲ ਜੋੜਿਆ ਕਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਇਸ ਗੱਲ ਨੂੰ ਮੈਨੂੰ ਤਾਂ ਲੱਗਦਾ ਕਿ ਕਾਫੀ ਮਹੱਤਵਪੂਰਨ ਰਿਹਾ ਆ ਵੈਰੀ ਇੰਪੋਰਟੈਂਟ ਆ ਕਿਉਂਕਿ ਮੈਨੂੰ ਕਿੱਥੇ ਨਾ ਕਿੱਥੇ ਲੱਗਦਾ ਹੈ ਕਿ ਓਬਵੀਅਸਲੀ ਜਿੱਦਾਂ ਆਪਾਂ ਲਾਈਕ ਯੰਗ ਜਨਰੇਸ਼ਨ ਵਿੱਚ ਵੱਜਦਾ ਆਪਾਂ ਦੋਨੋਂ ਕਦੇ ਕਦੇ ਆਪਾਂ ਨਾ ਵੈਸਟਰਨ ਨੂੰ ਲੈ ਕੇ ਆਪਾਂ ਭੁੱਲ ਜਾਂਦੇ ਆ ਆਪਾਂ ਹੈ ਨਾ ਆਪਣਾ ਕਲਚਰ ਸੋ ਮੈਨੂੰ ਲੱਗਦਾ ਕਿ ਜਿੱਦਾਂ ਸਿੰਘ ਮੀਡੀਆ ਡਿਜੀਟਲ ਜੀ ਨੇ ਐਂਡ ਯੂ ਨੋ ਫ੍ਰੇਮ ਵੈਡਿੰਗ ਡੈਕੋਰੇਸ਼ਨ ਰਣਜੀਤ ਜੀ ਦਾ ਬਹੁਤ ਬਹੁਤ ਥੈਂਕ ਯੂ ਸੋ ਇਹ ਅੱਛਾ ਪਲੇਟਫਾਰਮ ਆ ਜਿੱਥੇ ਸਾਡੀ ਮੈਨੂੰ ਲੱਗਦਾ ਹੁਣ ਜਿੱਦਾਂ ਆਪਾਂ ਜਿੱਤੇ ਆ
ਹੁਣ ਇਹਦਾ ਨਹੀਂ ਮਤਲਬ ਕਿ ਆਪਾਂ ਜਿੱਤ ਕੇ ਤਾਂ ਬਸ ਹੁਣ ਆਪਾਂ ਕੁਛ ਕਰਨਾ ਨਹੀਂ, ਹੁਣ ਸਾਨੂੰ ਇੱਕ ਰਿਸਪੋਂਸੀਬਿਲਿਟੀ ਆ ਕਿ ਆਪਾਂ ਹੋਰ ਜਿਹੜੇ ਸਾਡੇ ਯੰਗ ਜਨਰੇਸ਼ਨ ਦੇਖ ਰਹੇ ਆ ਸਾਨੂੰ, ਹਨਾ, ਆਪਾਂ ਦੱਸ ਸਕੀਏ ਕਿ ਕਿਉਂ ਜ਼ਰੂਰੀ ਆ ਸਾਡਾ ਪੰਜਾਬੀ ਕਲਚਰ ਯੂ ਨੋ ਅਲਾਈਵ ਰੱਖਣ ਲਈ। ਸੋ ਇਹੀ ਮਕਸਦ ਸੀ ਸਾਨੂੰ, ਅਸੀਂ ਇਸ ਜਿਹੜਾ ਪਲੇਟਫਾਰਮ ਬਣਾਇਆ ਸੀ ਇਸ ਕਰਕੇ ਬਣਾਇਆ ਸੀ ਕਿ ਸਾਡੇ ਜਿਹੜੇ ਬੱਚੇ ਇੱਥੇ ਬੋਰਨ ਹੋ ਰਹੇ ਆ ਉਹਨਾਂ ਨੂੰ ਸਟੇਜ ਇੱਕ ਵਧੀਆ ਮਿਲੇ ਔਰ ਉਹ ਪੰਜਾਬੀ ਕਲਚਰ ਨਾਲ ਜੁੜੇ। ਜਿਸ ਕਰਕੇ ਤੁਸੀਂ ਕਿਸ ਤਰ੍ਹਾਂ ਫੀਲ ਕਰਦੇ ਹੋ ਕਿ ਵਾਕਈ ਇਸ ਤਰ੍ਹਾਂ ਦੇ ਸ਼ੋਅ ਹੋਣੇ ਚਾਹੀਦੇ ਸੀਗੇ ਹਾਂਜੀ ਜੋ ਅੱਜ ਤੱਕ ਨਹੀਂ ਹੋਏ ਇੰਗਲੈਂਡ ਦੇ ਵਿੱਚ? ਮੈਨੂੰ ਦੱਸ ਕੇ ਹਟੀ ਆ ਲਾਈਕ ਇਹ ਕਾਫੀ ਕੁਝ ਪਤਾ ਲੱਗਾ ਜੀ ਜੋ ਨਹੀਂ ਸਾਨੂੰ ਪਤਾ ਸੀਗਾ, ਤੇ ਇਹਦੇ ਕਰਕੇ ਕਿ ਹਾਂ ਥੋੜੀ ਹਿਸਟਰੀ ਪਤਾ ਲੱਗੀ ਔਰ ਮੇਰਾ ਫੋਕਸ ਆ ਕਿ ਹਾਂ ਲਿਟਰੇਚਰ ਪੜਾਂ, ਆਪਣੇ ਪੰਜਾਬ ਨੂੰ ਹੋਰ ਲਾਈਕ ਐਕਸਪਲੋਰ ਕਰਾਂ ਕਿ ਕੀ ਆ, ਕਿੱਥੋਂ ਆਇਆ, ਕਿੱਦਾਂ ਲਾਈਕ ਓਰੀਜਨ ਹੋਇਆ, ਕੀ ਕੀ ਸੀਗਾ ਸਾਡੇ ਕੋਲ, ਤੇ ਮਤਲਬ ਓਬਵੀਅਸਲੀ ਵੈਸਟਰਨ ਟੱਚ ਮਿਲ ਗਿਆ ਤਾਂ ਤੁਹਾਨੂੰ ਵਧੀਆ ਲੱਗਿਆ ਇਸ ਤਰ੍ਹਾਂ ਕਰਕੇ ਸ਼ੋ। ਗੁੱਡ ਸਰਬਜੀਤ, ਵੈਸੇ ਤੁਸੀਂ ਮੇਰੇ ਹਮਨਾਮ ਹੋ, ਜਦੋਂ ਉਹ ਵੀ ਪਵਨ ਨਹੀਂ ਕਹਿ ਰਹੀ ਸੀ ਕਿ ਸਰਬਜੀਤ ਨੇ ਕਿਹਾ, ਮੈਂ ਕਿਹਾ ਕਿਹੜੇ ਸਰਬਜੀਤ ਨੇ ਕਿਹਾ ਵੀ ਦੱਸ ਦੋ, ਪੌਰ ਲਿਖਿਆ ਕਿ ਟੱਕ ਲਿਖਿਆ। ਸੋ ਚਲੋ ਆਪਾਂ ਗੱਲਾਂ ਬਾਤਾਂ ਕਿ ਆਪਾਂ ਆਡੀਅੰਸ ਦਾ ਥੋੜ੍ਹਾ ਐਂਟਰਟੇਨਮੈਂਟ ਵੀ ਕਰਨਾ ਆ। ਤੁਸੀਂ ਤਿੰਨੇ ਪੰਜਾਬ ਤੋਂ ਆਏ ਹੋ ਔਰ ਤੁਹਾਨੂੰ ਪੰਜਾਬੀ ਮਾਂ ਬੋਲੀ ਦਾ ਜਾਂ ਪੰਜਾਬੀ ਕਲਚਰ ਦਾ ਪਤਾ ਸੀਗਾ, ਪਰ ਕਿਤੇ ਨਾ ਕਿਤੇ ਤੁਹਾਨੂੰ ਜਦੋਂ ਇੱਥੇ ਆਏ ਹੋ, ਕਿੰਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਏ ਨੂੰ, ਇਸ ਚੀਜ਼ ਦੀ ਕਮੀ ਮਹਿਸੂਸ ਹੋਈ ਸੀ ਕਦੀ ਕਿ ਇਸ ਤਰ੍ਹਾਂ ਦਾ ਕੋਈ ਪਲੇਟਫਾਰਮ ਸਾਨੂੰ ਚਾਹੀਦਾ ਜਿੱਥੇ ਅਸੀਂ ਜਾ ਕੇ ਆਪਣਾ ਟੈਲੈਂਟ ਦਿਖਾ ਸਕੀਏ? ਹਾਂਜੀ, ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਮੀ ਮਹਿਸੂਸ ਹੁੰਦੀ ਸੀ ਕਦੀ ਕਦੀ ਤਾਂ ਇੱਥੇ ਆ ਕੇ, ਕਿਉਂਕਿ ਇੱਥੇ ਜਿਹੜੀ ਲਾਈਫ ਆ ਇੰਨੀ ਕੁ ਜ਼ਿਆਦਾ ਸਟ੍ਰੈਸਫੁਲ ਆ, ਇੰਨੀ ਕੁ ਜ਼ਿਆਦਾ ਬਿਜ਼ੀ ਆ ਕਿ ਅਸੀਂ ਤਾਂ ਇੱਕ ਆਪਣੇ ਆਪ ਨੂੰ ਹੀ ਭੁੱਲ ਜਾਂਦੇ ਹਾਂ, ਤਾਂ ਪੰਜਾਬੀ ਕਲਚਰ ਨੂੰ ਆਪਣੇ ਨਾਲ ਕੰਟੀਨਿਊ ਕਰਨਾ ਤਾਂ ਇੱਕ ਸਾਡੇ ਲਈ ਬਹੁਤ ਹਾਰਡ ਹੋ ਜਾਂਦਾ ਹਨਾ। ਤੇ ਕਈ ਵਾਰੀ ਤਾਂ ਮੈਂ ਮੰਮੀ ਹੁਣਾਂ ਨੂੰ ਪੁੱਛਣਾ ਹਨਾ ਕਿੱਦਾਂ ਪਿੰਡ ਵਿੱਚ ਕੋਈ ਵਿਆਹ ਹੋਣਾ, ਤੇ ਉਹਨਾਂ ਨੇ ਹਮੇਸ਼ਾ ਮੈਨੂੰ ਯਾਦ ਕਰਨਾ, ਕਿਉਂਕਿ ਮੇਰੀ ਜਦੋਂ ਮੈਂ ਪਿੰਡ ਹੁੰਦੀ ਸੀ ਤੇ ਮੈਂ ਹਰ ਇੱਕ ਦੇ ਵਿਆਹ ਦੇ ਵਿੱਚ ਜਾਣਾ, ਤੇ ਮੈਂ ਉੱਥੇ ਬੁੜੀਆਂ ਦੇ ਨਾਲ ਨਾ ਚੁੰਨੀ ਲੈ ਕੇ ਸਿਰ ਤੇ ਨਾ ਏਦਾਂ ਕਰਕੇ ਤੇ ਮੈਂ ਗਿੱਧਾ ਪਾਉਣਾ ਮੇਰਾ, ਤੇ ਮੈਂ ਹਰ ਇੱਕ ਦੇ ਵਿਆਹ ਦੇ ਵਿੱਚ ਪੂਰੀਆਂ ਰੌਣਕਾਂ ਲਾਉਣੀਆਂ। ਤੇ ਜਦੋਂ ਮੇਰੇ ਘਰ ਮੇਰੇ ਤਾਇਆ ਜੀ ਦੇ ਮੁੰਡੇ ਦਾ ਵਿਆਹ ਸੀ ਤੇ ਮੈਂ ਉੱਥੇ ਨਹੀਂ ਸੀ, ਤੇ ਮੈਂ ਵੀਡੀਓ ਕਾਲ ਲਾ ਕੇ ਤੇ ਮੈਂ ਹੀ ਲੇਡੀ ਸੰਗੀਤ ਸਟਾਰਟ ਕੀਤਾ, ਤੇ ਸਾਰੇ ਦੇ ਵਾਸ ਕ੍ਰਾਇੰਗ ਕਿ ਮੈਂ ਉੱਥੇ ਨਹੀਂ ਆ ਉਹਨਾਂ ਦੇ ਵਿੱਚ। ਤੇ ਮੈਂ ਵੀ 4 ਦਿਨ ਕੁਛ ਨਹੀਂ ਖਾਧਾ, ਵੀਡੀਓ ਕਾਲ ਤੇ ਸਾਰਾ ਕੁਛ ਦੇਖਦੀ ਰਹੀ, ਤੇ ਸਾਰੇ ਮੈਨੂੰ ਬਹੁਤ ਮਿਸ ਕਰਦੇ ਸੀ, ਤੇ ਮੈਂ ਵੀ ਬਹੁਤ ਵਿਆਹ ਤਾਂ ਮਿਸ ਕੀਤਾ ਹੀ ਕੀਤਾ, ਪਰ ਜਿਹੜੀਆਂ ਲੇਡੀ ਸੰਗੀਤ ਵਿਆਹ ਤੋਂ ਪਹਿਲਾਂ 1 ਵੀਕ ਦੀਆਂ ਰਸਮਾਂ ਹੁੰਦੀਆਂ ਜਿਹੜੀਆਂ ਮੈਂ ਕਦੇ ਪਿੰਡ ਦੇ ਵਿੱਚ ਸਾਰਿਆਂ ਦੇ ਵਿਆਹਾਂ ਦੇ ਵਿੱਚ ਜਾ ਕੇ ਕਰਦੀ ਹੁੰਦੀ ਸੀ, ਅੱਜ ਮੇਰੇ ਘਰ ਦੇ ਵਿੱਚ ਵਿਆਹ ਸੀ ਤੇ ਮੈਂ ਉੱਥੇ ਨਹੀਂ ਸੀ, ਤੇ ਇੱਥੇ ਤਾਂ ਮੈਂ ਓਬਵੀਅਸਲੀ ਉਹ ਚੀਜ਼ਾਂ ਨਹੀਂ ਸੀ ਕਰ ਸਕਦੀ, ਤੇ ਕਿਤੇ ਨਾ ਕਿਤੇ ਫਿਰ ਆਪਣੇ ਮਨ ਨੂੰ ਕਹਿਣਾ ਨਹੀਂ ਹੁਣ ਕਿੱਥੇ, ਹੁਣ ਤਾਂ ਬਸ ਠੀਕ ਆ, ਹੁਣ ਹੋ ਗਿਆ ਜੋ ਹੋਣਾ ਸੀ, ਹੁਣ ਤਾਂ ਉਹ ਪਿੱਛੇ ਗਈਆਂ ਚੀਜ਼ਾਂ ਸਾਰਿਆਂ ਨੇ, ਮੰਮੀ ਡੈਡੀ ਹੁਣਾਂ ਨੇ ਵੀ ਇਹੀ ਕਹਿਣਾ ਨਹੀਂ ਹੁਣ ਤੇਰਾ ਅੱਗੇ ਫਿਊਚਰ ਆ, ਤੂੰ ਠੀਕ ਆ, ਇੱਥੇ ਉਹ ਚੀਜ਼ਾਂ ਨਹੀਂ ਕੰਟੀਨਿਊ ਰਹਿ ਸਕਦੀਆਂ, ਕਿਤੇ ਨਾ ਕਿਤੇ ਖਤਮ ਕਰ ਦਿੱਤੀਆਂ ਸੀ ਉਹ ਚੀਜ਼ਾਂ ਕਿ ਨਹੀਂ ਹੁਣ ਅਸੀਂ ਓਬਵੀਅਸਲੀ ਪੈਸਾ ਕਮਾਉਣਾ ਆ, ਅੱਗੇ ਸੋਹਣੀਆਂ ਗੱਡੀਆਂ ਲੈਣੀਆਂ, ਅੱਗੇ ਜਿੱਦਾਂ ਘਰ ਲੈਣੇ, ਇੱਥੇ ਦੇ ਡ੍ਰੀਮ ਲੈਣੇ, ਇੱਥੇ ਅਸੀਂ ਉਹ ਚੀਜ਼ਾਂ ਨਹੀਂ ਕਿਤੇ ਬਿਲਕੁਲ ਵੀ ਨਹੀਂ ਕੰਟੀਨਿਊ ਕਰ ਸਕਦੇ। ਪਰ ਜਦੋਂ ਇਹ ਮੈਨੂੰ ਪਤਾ ਲੱਗਾ ਕਿ ਸਾਡਾ ਕੰਪੀਟੀਸ਼ਨ ਹੋ ਰਿਹਾ ਆ, ਤੇ ਮੈਂ ਫਿਰ ਮੇਰੀ ਛੁੱਟੀ ਦੀ ਪ੍ਰੋਬਲਮ ਸੀ ਕਿ ਮੈਨੂੰ ਛੁੱਟੀ ਨਹੀਂ ਸੀ ਮਿਲ ਰਹੀ, ਪਰ ਮੇਰੇ ਇਨ-ਲਾਜ਼ ਉਹ ਕਹਿੰਦੇ ਨਹੀਂ ਤੂੰ ਬਿਲਕੁਲ ਜਾਣਾ, ਕਿਉਂਕਿ ਉਹਨਾਂ ਨੂੰ ਪਤਾ ਸੀ ਮੈਂ ਕਰਦੀ ਸੀ। ਤੇ ਕਦੀ ਕਦੀ ਮੇਰੇ ਸਹੁਰਾ ਸਾਹਿਬ ਹਨਾ, ਮੇਰੇ ਡੈਡੀ ਫਾਦਰ ਇਨ-ਲਾਅ, ਮੈਨੂੰ ਆਉਣ ਲੱਗਦਾ ਉਹਨਾਂ ਨੂੰ ਸਹੁਰਾ ਸਾਹਿਬ ਕਹਿਣਾ, ਕਿਉਂਕਿ ਉਹ ਮੋਰ ਦੈਨ ਮੇਰੇ ਡੈਡ ਆ ਹਨਾ, ਉਹ ਮੇਰੇ ਏਰੀਏ ਤੋਂ ਆ ਦੁਆਬੇ ਤੋਂ, ਤੇ ਸਾਡੀਆਂ ਬਹੁਤ ਗੱਲਾਂ ਬਹੁਤ ਚੀਜ਼ਾਂ ਸਾਡੀਆਂ ਸਾਂਝੀਆਂ ਹੁੰਦੀਆਂ ਸੀਗੀਆਂ, ਅਸੀਂ ਮੈਂ ਤੇ ਮੇਰੇ ਡੈਡੀ ਨੇ ਬਹਿ ਜਾਣਾ, ਤੇ ਅਸੀਂ ਹਮੇਸ਼ਾ ਪਿੰਡ ਪਿੰਡ ਦੀਆਂ ਗੱਲਾਂ ਕਰਨੀਆਂ, ਡੈਡ ਪਿੰਡ ਆਹ ਚੀਜ਼ ਹੁੰਦੀ ਸੀਗੀ ਹਨਾ, ਡੈਡ ਪਿੰਡ ਆਹ ਚੀਜ਼ ਹੁੰਦੀ ਸੀ। ਉਹਨਾਂ ਨੂੰ ਇੱਥੇ 35 ਇਅਰਸ ਹੋ ਗਏ ਆ, ਮੇਰੇ ਵਿਆਹ ਨੂੰ 2 ਸਾਲ ਹੋਏ ਆ, ਤੇ ਉਹਨਾਂ ਨੂੰ ਵੀ ਮੇਰੇ ਵਿੱਚ ਉਹ ਚੀਜ਼ਾਂ ਮਤਲਬ ਮਿਲਣ ਲੱਗ ਗਈਆਂ ਸੀ ਕਿ ਕਿਤੇ ਨਾ ਕਿਤੇ ਉਹ ਬਹੁਤ ਜ਼ਿਆਦਾ ਹਨਾ ਪਿੰਡ ਨੂੰ ਮਿਸ ਕਰਦੇ ਸੀ, ਤੇ ਮੇਰੇ ਨਾਲ ਉਹ ਗੱਲਾਂ ਸਾਂਝੀਆਂ ਕਰਕੇ ਅਸੀਂ ਆਪਣਾ ਪਿੰਡ ਨੂੰ ਯਾਦ ਕਰ ਲੈਣਾ, ਪਰ ਅਸੀਂ ਪ੍ਰੈਕਟੀਕਲੀ ਉਹ ਚੀਜ਼ਾਂ ਨਹੀਂ ਸੀ ਕਰ ਸਕਦੇ, ਤੇ ਇਸ ਪਲੇਟਫਾਰਮ ਨੇ ਉਹ ਚੀਜ਼ਾਂ ਮੈਨੂੰ ਪ੍ਰੈਕਟੀਕਲੀ ਕਰਨ ਤੇ ਅੱਗੇ ਕੰਟੀਨਿਊ ਰੱਖਣ ਵਿੱਚ ਬਹੁਤ ਜ਼ਿਆਦਾ ਹੈਲਪ ਕੀਤਾ। ਚਲੋ ਬੜੀ ਖੁਸ਼ੀ ਦੀ ਗੱਲ ਹੈ। ਪਿਆਰੇ ਦਰਸ਼ਕੋ, ਵਿਹਲਾ ਕਰਕੇ ਛੋਟੀ ਜਿਹੀ ਬ੍ਰੇਕ ਦਾ, ਪਰ ਤੁਸੀਂ ਕਿਧਰੇ ਨਹੀਂ ਜਾਣਾ ਕਿਉਂਕਿ ਆਪਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ। ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਨਿੱਘਾ ਸਵਾਗਤ ਮੇਰੇ ਨਾਲ, ਯਾਨੀ ਤੁਹਾਡੇ ਹੋਸਟ ਸਰਬਜੀਤ ਸਿੰਘ ਟੱਕ ਨਾਲ ਪੰਜਾਬੀ ਵਾਇਸ ਵਿਦ ਟੱਕ ਵਿੱਚ। ਪ੍ਰਦਰਸ਼ਕੋ, ਆਪਾਂ ਗੱਲ ਕਰ ਰਹੇ ਸੀਗੇ ਮਿਸਿਜ਼ ਨਾਲ, ਮਿਸਿਜ਼ ਕੈਟੇਗਰੀ ਵਿੱਚ ਜਿਹੜੀਆਂ ਵਿਨਰ ਹੋਈਆਂ
ਆਪਾਂ ਉਸ ਗੱਲ ਨੂੰ ਅੱਗੇ ਵਧਾਉਂਦੇ ਹਾਂ ਅਤੇ ਗੱਲ ਕਰਦੇ ਹਾਂ ਅਨੂ ਡੋਗਰਾ ਨਾਲ। ਅਨੂ ਜੀ, ਉਹੀ ਸਵਾਲ ਜੋ ਮੈਂ ਇਹਨਾਂ ਨੂੰ ਕੀਤਾ ਸੀਗਾ, ਤੁਸੀਂ ਕਿਸ ਤਰ੍ਹਾਂ ਦਾ ਫੀਲ ਕੀਤਾ? ਫੰਕਸ਼ਨ ਤੋਂ ਬਾਅਦ ਕਹਿ ਲਓ, ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਆਲਰੇਡੀ ਮੇਰੀਆਂ ਗਿੱਧਾ ਕਲਾਸਿਸ ਚੱਲ ਰਹੀਆਂ ਸੀਗੀਆਂ, ਜਿੱਦਾਂ ਕਹਿ ਲਓ ਜਦੋਂ ਮੈਂ ਆਈ ਘਰ ਦੇ ਵਿੱਚ, ਮਤਲਬ ਸਭ ਤੋਂ ਸਰਪ੍ਰਾਈਜ਼ਿੰਗ ਮੇਰੇ ਲਈ ਸੀਗਾ, ਬਿਕੋਜ਼ ਅਸੀਂ ਲਾਈਕ ਮੇਰੇ ਫਾਦਰ ਨਾਲ ਮੇਰਾ ਕਮਿਊਨੀਕੇਸ਼ਨ ਗੈਪ ਥੋੜਾ ਜ਼ਿਆਦਾ ਰਿਹਾ ਜੀ, ਜਿਹੜਾ ਕਹਿ ਲਓ ਡੈਡ ਨੇ ਮਤਲਬ ਇੰਨਾ ਨਹੀਂ ਅਸੀਂ ਓਪਨ ਹੁੰਦੇ ਸੀ, ਪਰ ਔਨ ਅਦਰ ਸਾਈਡ ਮੇਰੇ ਜਿਹੜੇ ਫਾਦਰ ਇਨ ਲਾਅ ਹੈ, ਮੈਂ ਇਸ ਨੂੰ ਐਜ਼ ਐਂਟਰ ਹੋਈ ਹਾਂ, ਮੇਰੇ ਮਦਰ ਇਨ ਲਾਅ ਨਹੀਂ ਆਏ, ਮੇਰੇ ਫਾਦਰ ਇਨ ਲਾਅ ਆ ਕੇ ਕਹਿੰਦੇ ਬੱਚੀ ਨੂੰ ਵਧਾਈਆਂ ਦੋ। ਆਈ ਵਾਸ ਲਿਟਰਲੀ ਲਾਈਕ ਮੈਂ ਆਈ ਵਾਸ ਕ੍ਰਾਈਂਗ ਕਿ ਮਤਲਬ ਉਹ ਇੰਨਾ ਐਪਰੀਸ਼ੀਏਟ ਤੁਹਾਨੂੰ ਕਰਦੇ, ਇੰਨਾ ਤੁਸੀਂ ਜੀ ਅੱਛਾ ਫੀਲ ਕਰਦੇ ਹੋ, ਮਤਲਬ ਤੇ ਮੈਂ ਉਹ ਲਾਈਕ ਕਰਦੀ ਹਾਂ ਕਿ ਉਹ ਮੈਨੂੰ ਪੁਸ਼ ਕਰਦੇ ਹੈ ਕਿ ਇਹ ਕਲਚਰ ਨੂੰ ਪ੍ਰਮੋਟ ਕਰ ਰਹੀ ਹੈ ਤਾਂ ਕਰਦੀ ਰਹੇ, ਤੇ ਮੈਂ ਉਹ ਗੱਲ ਬਹੁਤ ਮਤਲਬ ਮੈਨੂੰ ਬਹੁਤ ਦਿਲੀ ਖੁਸ਼ੀ ਹੁੰਦੀ ਹੈ ਤੁਹਾਨੂੰ ਉਹ ਗੱਲ ਦੇ ਵਿੱਚ, ਤਾਂ ਮੈਂ ਚਾਹੁੰਦੀ ਹਾਂ ਕਿ ਯੰਗ ਜਨਰੇਸ਼ਨ ਨੂੰ ਨਾਲ ਜੋੜੀ ਜਾਵਾਂ ਉਹ ਚੀਜ਼ ਦੇ। ਚਲੋ, ਬੜੀ ਖੁਸ਼ੀ ਦੀ ਗੱਲ ਹੈ। ਪਵਨਦੀਪ ਜੀ, ਤੁਸੀਂ ਦੱਸੋ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ? ਹਾਂਜੀ, ਜਿੱਦਾਂ ਪੰਜਾਬ ਦੇ ਵਿੱਚ ਤਾਂ ਅਸੀਂ ਬਹੁਤ ਕੁਛ ਕਰੀਦਾ ਸੀ, ਸਕੂਲਾਂ ਦੇ ਵਿੱਚ ਫੰਕਸ਼ਨ ਆਉਂਦੇ ਰਹਿੰਦੇ ਸੀ, ਆਪਣੇ ਕਲਚਰ ਦੇ ਨਾਲ ਅਸੀਂ ਜੁੜੇ ਰਹਿੰਦੇ ਸੀ। ਇੱਥੇ ਆ ਕੇ ਜਿੱਦਾਂ ਮੇਰੇ ਹਸਬੈਂਡ ਨੂੰ ਵੀ ਬਹੁਤ ਸ਼ੌਂਕ ਸੀ ਮਿਊਜ਼ਿਕ ਦਾ, ਉਹ ਵੀ ਮਿਊਜ਼ਿਕ ਦੇ ਵਿੱਚ ਆ ਕਰ ਰਹੇ ਆ, ਜਿੱਦਾਂ ਆਪਣੇ ਕਲਚਰ ਦੇ ਨਾਲ ਜੁੜੇ ਆ, ਤੇ ਏਦਾਂ ਸੀ ਕਿ ਜਦੋਂ ਫਿਰ ਮੈਂ ਇੱਥੇ ਆਈ ਤਾਂ ਅਸੀਂ ਘਰ ਵਿੱਚ ਬਹੁਤ ਆਪਸ ਦੇ ਵਿੱਚ ਜਿੱਦਾਂ ਸ਼ਾਮ ਨੂੰ ਬੈਠੀਦਾ ਸੀ, ਗਾਈਦਾ ਸੀ, ਕੁਛ ਕਰੀਦਾ ਸੀ, ਤੇ ਮੈਨੂੰ ਇਸ ਗੱਲ ਦਾ ਬਹੁਤ ਮੈਂ ਆਪਣੇ ਉੱਤੇ ਮਾਣ ਫਕਰ ਕਰਦੀ ਹਾਂ ਕਿ ਜਿੱਦਾਂ ਮੇਰੇ ਤਿੰਨ ਬੱਚੇ ਆ, ਉਹਨਾਂ ਦੇ ਵਿੱਚੋਂ ਮੇਰਾ ਬੇਟਾ ਜਿਹੜਾ ਆ ਉਹ ਹਰ ਇੱਕ ਚੀਜ਼ ਬਜਾ ਲੈਂਦਾ ਆ, ਜਿੱਦਾਂ ਕਿ ਢੋਲ, ਡਰਮ, ਗਿਟਾਰ, ਤਾਂ ਗਾ ਵੀ ਲੈਂਦਾ ਆ ਸੋਹਣਾ ਹਰ ਕੁਛ। ਸੋ ਮੈਂ ਇਹ ਚਾਹੁੰਦੀ ਸੀ ਕਿ ਮੈਂ ਇਹ ਚੀਜ਼ ਆਪਣੇ ਬੱਚਿਆਂ ਚੋਂ ਕਿਸੇ ਨੂੰ ਦੇਵਾਂ, ਤਾਂ ਬੱਚਿਆਂ ਨੂੰ ਨਹੀਂ ਕਿ ਬਾਕੀ ਆਉਣ ਵਾਲੀ ਪੀੜ੍ਹੀ ਨੂੰ ਵੀ ਅਸੀਂ ਦੇ ਕੇ ਜਾਈਏ। ਹੁਣ ਵੀ ਜਦੋਂ ਅਸੀਂ ਇਕੱਠੀਆਂ ਹੋਈਦਾ ਆ ਤੇ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਸਹੇਲੀਆਂ ਦੀਆਂ ਕੁੜੀਆਂ ਨੂੰ ਵੀ ਇਹੀ ਸਿਖਾਈਦਾ ਆ, ਮੁੰਡਿਆਂ ਨੂੰ ਵੀ ਇਹੀ ਸਿਖਾਈਦਾ ਕਿ ਸਿੱਖੋ, ਹਨਾ। ਤੇ ਅਸੀਂ ਜਿੱਦਾਂ ਦਾ ਮਿਸ ਤਾਂ ਬਹੁਤ ਕਰੀਦਾ ਸੀ ਸਾਰਾ ਕੁਛ ਕਿ ਅਸੀਂ ਪੰਜਾਬ ਚ ਇੱਦਾਂ ਕਰਦੇ ਸੀ, ਪਰ ਹੁਣ ਅਸੀਂ ਹਰ ਰੋਜ਼ ਸਾਡਾ ਸ਼ਾਮ ਨੂੰ ਇਹੀ ਕੰਮ ਹੁੰਦਾ ਆ ਕਿ ਅਸੀਂ ਪਰਿਵਾਰ ਬੈਠ ਕੇ ਤਾਂ ਅਸੀਂ ਕਰੀਦਾ ਆ ਜਿੱਦਾਂ ਆਪਣਾ ਕਲਚਰ ਦੇ ਬਾਰੇ ਗੱਲਾਂ ਕਰੀਦੀਆਂ, ਆਹ ਕੀ ਚੀਜ਼ ਆ, ਤੂੰ ਵੀ ਕੀ ਆ, ਉਹਨਾਂ ਨੂੰ ਦੱਸੀਦਾ ਬੱਚਿਆਂ ਨੂੰ। ਤੇ ਬੇਟਾ ਮੇਰਾ ਤਾਂ ਬਹੁਤ ਹੀ ਇਸ ਨਾਲ ਜੁੜਿਆ ਆ, ਪਰ ਮੈਂ ਦੂਸਰੀ ਗੱਲ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਸਾਨੂੰ ਇਸ ਪ੍ਰੋਗਰਾਮ ਦਾ ਪਤਾ ਲੱਗਾ ਕਿ ਆਪਣੇ ਸਿੰਘ ਡਿਜੀਟਲ ਮੀਡੀਆ ਜੀ, ਪ੍ਰੇਮ ਡੈਕੋਰੇਸ਼ਨ ਵਾਲੇ ਜੀ ਇਹ ਪ੍ਰੋਗਰਾਮ ਕਰਾ ਰਹੇ ਆ, ਤਾਂ ਜਦੋਂ ਅਸੀਂ ਤਿਆਰੀ ਕਰ ਰਹੇ ਸੀ, ਮੈਂ ਸਿਰਫ ਇੱਕ ਹਫ਼ਤਾ ਤਿਆਰੀ ਕੀਤੀ, ਮੈਂ ਆਪਣਾ ਫਾਰਮ ਵੀ ਐਨ ਐਂਡ ਵਾਲੀ ਡੇਟ ਤੇ ਭਰਿਆ ਸੀਗਾ, ਪਤਾ ਨਹੀਂ ਸੀ ਜਿੱਤ ਜਾਊਂਗੀ। ਹਾਂਜੀ, ਬਿਲਕੁਲ ਨਹੀਂ ਸੀ ਪਤਾ, ਤੇ ਪਰ ਮੇਰੇ ਹਸਬੈਂਡ ਨੇ ਜਿੱਦਾਂ ਬਹੁਤ ਮੈਨੂੰ ਸਪੋਰਟ ਕੀਤੀ, ਤੇ ਪਰ ਉਹ ਜਿਹੜਾ ਇੱਕ ਹਫ਼ਤਾ ਸੀ ਨਾ ਸਰਬਜੀਤ ਜੀ, ਉਹ ਅਸੀਂ ਏਦਾਂ ਜੀਆ ਕਿ ਏਦਾਂ ਲੱਗਾ ਕਿ ਸਾਡਾ ਵਿਆਹ ਨਹੀਂ ਹੋਇਆ ਹੈਗਾ ਮੇਰਾ, ਨਾ ਹੀ ਮੇਰੇ ਕੋਲ ਬੱਚੇ ਆ, ਮੈਨੂੰ ਉਹ ਚੀਜ਼ ਬਸ ਏਦਾਂ ਲੱਗੀ ਕਿ ਮੈਂ ਆਪਣੇ ਪਿੰਡ ਵਿੱਚ ਚਲ ਗਈ ਆ। ਉਹੀ ਚੀਜ਼ਾਂ ਅਸੀਂ ਕੀ ਗਾਵਾਂ, ਸੁਹਾਗ ਗਾਵਾਂ, ਘੋੜੀ ਗਾਵਾਂ, ਬੋਲੀਆਂ ਪਾਵਾਂ, ਤੇ ਅਸੀਂ ਆਪਣੇ ਆਪ ਨੂੰ ਕਿੱਦਾਂ ਦੱਸਣਾ ਆ, ਅਸੀਂ ਆਪਣੇ ਆਪ ਨੂੰ ਇੰਟਰੋਡਕਸ਼ਨ ਆਪਣੀ ਕਿੱਦਾਂ ਦੇਣੀ ਆ, ਉਹ ਸਾਰਾ ਕੁਛ ਸਾਨੂੰ ਆਪਣੇ ਪੰਜਾਬ ਦੀ ਯਾਦ ਆ ਗਈ ਸੀ। ਉਹਦੇ ਵਿੱਚ ਫਿਰ ਇਹ ਵੀ ਨਹੀਂ ਸੀ ਰਿਹਾ ਕਿ ਅਸੀਂ ਉੱਥੇ ਜਿੱਤਣਾ ਜਾਂ ਹਾਰਨਾ, ਬਸ ਇਹ ਰਿਹਾ ਸੀ ਕਿ ਜਿਹੜੇ ਅਸੀਂ ਆਹ ਪਲ ਹਨਾ ਜੀਏ ਆ, ਉਹਦੀ ਕੋਈ ਵੀ ਰੀਸ ਨਹੀਂ ਸੀ, ਲੱਖਾਂ ਹਜ਼ਾਰਾਂ ਦੀ ਰੀਸ ਨਹੀਂ ਸੀ ਉਹਦੀ, ਤਾਂ ਉਹਨਾਂ ਦੇ ਮੂਹਰੇ ਜੋ ਸਾਨੂੰ ਇਹਨਾਂ ਨੇ ਸਾਰਾ ਕੁਛ ਪਲੇਟਫਾਰਮ ਦਿੱਤਾ ਆ, ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਸਾਰਿਆਂ ਦਾ। ਜੀ ਜ਼ਰੂਰ ਜੀ, ਥੈਂਕ ਯੂ। ਪਰ ਦਰਸ਼ਕੋ ਦੱਸ ਦਵਾਂ ਇੱਥੇ, ਕਿਉਂਕਿ ਬਹੁਤ ਜ਼ਰੂਰੀ ਹੁੰਦਾ ਅਸੀਂ ਬੱਚਿਆਂ ਨੂੰ ਜੋੜ ਰਹੇ ਹਾਂ ਇਸ ਚੀਜ਼ ਨਾਲ ਜੋ ਇੱਥੇ ਦੇ ਬੋਰਨ ਐਂਡ ਬ੍ਰੋਟ ਅਪ ਆ, ਔਰ ਇਹਨਾਂ ਨੂੰ ਕਿਉਂਕਿ ਸਾਡਾ ਇਹ ਫਿਊਚਰ ਆ, ਸਾਡਾ ਭਵਿੱਖ ਆ, ਇਹ ਜੇ ਅਸੀਂ ਇਹਨਾਂ ਨੂੰ ਜੋੜਾਂਗੇ ਨਾ ਤਾਂ ਹੀ ਸਾਡੀ ਪੰਜਾਬੀ, ਪੰਜਾਬੀ ਮਾਂ ਬੋਲੀ ਜਾਂ ਕਲਚਰ ਜੁੜੇ ਰਹਿਣਗੇ। ਔਰ ਇਹ ਬੜੇ ਮਾਣ ਦੀ ਗੱਲ ਹੈ ਕਿ ਇਹ ਦੋ ਕੁੜੀਆਂ ਉਹਦੇ 'ਚ ਵਿਨ ਹੋ ਕੇ ਇੱਥੇ ਆਈਆਂ, ਇਹਨਾਂ ਨੇ ਸਿੱਖਿਆ, ਇਹਨਾਂ ਡਾਂਸ ਕੀਤਾ, ਗਿੱਧਾ, ਇਹ ਛੋਟੀ ਜਿਹੀ ਜਿਹੜੀ ਕੁੜੀ ਹੈ ਨਾ ਗਿੱਧਾ ਬਹੁਤ ਸੋਹਣਾ ਕਰਦੀ ਹੈ, ਜੇ ਤੁਸੀਂ ਇਹਦਾ ਗਿੱਧਾ ਦੇਖੋਗੇ ਇਹਨਾਂ ਦਾ ਵਾਕਈ ਦਿਲ ਖੁਸ਼ ਹੁੰਦਾ ਕਿ ਇਹ ਇੱਦਾਂ ਲੱਗਦਾ ਵੀ ਇਹ ਪੰਜਾਬ ਤੋਂ ਹੀ ਸਿੱਖ ਕੇ ਆਈ ਹੈ। ਤਾਂ ਜਸਕਿਰ ਤੁਸੀਂ ਜਦੋਂ ਸੋਚ ਲਓ, ਕੋਈ ਗੱਲ ਨਹੀਂ, ਆਪਾਂ ਫਿਰ ਗੱਲ ਕਰ ਲੈਂਦੇ ਹਾਂ, ਆਪਾਂ ਚੱਲਦੇ ਹਾਂ ਸਵਿਤਾ ਤੁਹਾਡੇ ਨਾਲ। ਸਵਿਤਾ, ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਸੀ ਉਸ ਵੇਲੇ? ਬਹੁਤ ਪ੍ਰਾਊਡ, ਮਾਣ ਦੀ ਫੀਲਿੰਗ ਲਾਈਕ ਆ ਰਹੀ ਸੀਗੀ ਜੀ, ਕਿਉਂਕਿ ਮੈਂ ਐਕਚੁਅਲੀ ਫੈਮਿਲੀ ਨੂੰ ਵੀ ਥੈਂਕ ਯੂ ਕਰਨਾ ਚਾਹੂੰਗੀ ਕਿ ਸਾਨੂੰ ਇੱਕ ਆਦਤ ਪਈ ਆ, ਲਾਈਕ ਬਚਪਨ ਤੋਂ ਨਾ ਆਪਾਂ ਹਰ ਸਾਲ ਇੰਡੀਆ ਜਾਂਦੇ ਆ, ਪੰਜਾਬ ਜਾਂਦੇ ਆ। ਸੋ ਮੈਨੂੰ ਲੱਗਦਾ ਉਸ ਐਕਸਪੀਰੀਅੰਸ ਨੇ ਸਾਨੂੰ ਕਾਫੀ ਸਿਖਾਇਆ ਆ, ਤਾਂ ਸਾਨੂੰ ਰੋਜ਼ ਲਾਈਕ ਯਾਦ ਆਉਂਦਾ ਕਿ ਉਹ ਸਾਡਾ ਅਸਲੀ ਕਲਚਰ ਆ, ਭਾਵੇਂ ਆਪਾਂ ਇੱਥੇ ਬੋਰਨ ਐਂਡ ਬ੍ਰੋਟ ਅਪ ਆ, ਪਰ ਸਾਨੂੰ ਅਸਲੀ ਕਲਚਰ ਨਹੀਂ ਭੁੱਲਣਾ ਚਾਹੀਦਾ। ਸੋ ਆਈ ਮੀਨ ਹੈਪੀ ਆ ਮੈਂ, ਬਚਪਨ ਤੋਂ ਲਾਈਕ ਪੈਜੈਂਟਸ ਦਾ ਸ਼ੌਕ ਸੀ ਦੇਖਣ ਦਾ, ਲਾਈਕ ਸਪਨਾ ਪੂਰਾ ਹੋ ਗਿਆ, ਐਂਡ ਇਹ ਤਾਂ ਬੈਟਰ ਹੋ ਗਿਆ ਕਿਉਂਕਿ ਸਾਡਾ ਕਲਚਰ ਦਾ ਹੀ ਪੈਜੈਂਟ ਸੀ। ਸੋ ਇਸ
मैं थोड़े ना पंजाबी बोलने की कोशिश इसका कही कर रहा है सारी है ना कि सपना साकार हो गया हाँ मैं ड्रीम कम ट्रू भी कह सकता हूं लेकिन थानू कितना पता लगू कि पंजाबी च की कहंदे सपना साकार हां ये चीज थोड़ा ना जोड़ी है बहुत जरूरी है इस गल नु लेके अपन चलो कोई नहीं अब चलते सर जी थोड़े नाल क्योंकि अपन नु थोड़ा जा एंटरटेनमेंट भी करना ऑडियंस नु ऑडियंस सानू देख रही है ना इस वेले हां जी मैं चाहूंगा कि तुसी जो थोड़े च टैलेंट है उस टैलेंट विचों कोई बोली या कोई एक्ट कुछ करके सारे दर्शकों को जरूर दिखाओ हाँ जी मैं एक ड्रामा जिहड़ा गिद्दे दा मेन पार्ट हुंदा है जी गिद्दे दे मिड विच कीता जांदा है ड्रामा करूंगी नी एक गल सुनी आ नी की नी अपने पिंड विच एक डैन आई आ हाय नी सच्ची नी होर जिदी मोटी मोटी आख 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 नी तेरे माये दा कोठे पर बैठे दा ओदे वल देख के दिल करे ताक 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 नी मैं ता कहनी आ अपने पट्टू नु सांभ के रख 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 मेरी इतनी सी पिपली हई शाबा उत्ते कंजरी दा डेरा हई शाबा माही मंगदी आ मेरा हई शाबा मैं ता कदी ओ ना देवा हई शाबा मेरे बच्चियां दा डैडी हई शाबा मेरा सोना जेहा माही हई शाबा मेरी इतनी सी पिपली हई शाबा उत्ते कंजरी दा डेरा हई शाबा क्या बात है वाकई बहुत सोना सरजी जी और वाकई बड़ा मजा आ रहा है थोड़ी जो बोली पा रहे एक्चुअली किसी भी कल्चर जो आप जाने ना जो गिद्धा भी होंगे है वो एक ड्रामा पार्ट जरूर होंगे है जो आप कला गिद्धा करी जाइए ना फिर वो भी नहीं आता जिदा अजकल हम नवा चल रहा है सौकण सौकने आ गया है वो एक्ट चल रहा है ना बहुत वधिया चलता है और कि पसंद भी करते हैं तो बहुत वधिया तुसीं कीता अनु जी हुण तुहाडी वारी ਤੁਸੀਂ ਕੀ ਕਿਹੜੀ ਬੋਲੀ ਪਾਓਗੇ ਜਾਂ ਫਿਰ ਤੁਸੀਂ ਕੋਈ ਐਕਟ ਦਿਖਾਓਗੇ ਮੈਂ ਬੋਲੀ ਪਾਉਂਗੀ ਬਿਕੋਜ਼ ਮੈਂ ਚਾਹਾਂਗਾ ਜਦੋਂ ਬੋਲੀ ਪਾਵੇ ਨਾ ਸਾਰੇ ਜਣੇ ਗਿੱਧਾ ਪਾਇਓ ਇਕੱਠੇ ਮਜ਼ਾ ਤਾਂ ਕਿ ਆਡੀਅੰਸ ਸਾਰੇ ਲੱਗੇ ਕਿ ਵਾਕਈ ਉਹ ਗਿੱਧਾ ਦੇਖ ਰਹੇ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਆਰੀ ਵਈ ਉੱਥੋਂ ਦਾ ਇੱਕ ਚੜਾ ਸੁਣੀਦਾ ਬਲ 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 ਉਥੋਂ ਦਾ ਇੱਕ ਚੜਾ ਸੁਣੀਦਾ ਨਾ ਉਸਦਾ ਗਿਰਦਾਰੀ ਨੀ ਇੱਕ ਦਿਨ ਮੈਥੋਂ ਦਾਲ ਲੈ ਗਿਆ ਸੱਚੀ ਇੱਕ ਦਿਨ ਮੈਥੋਂ ਦਾਲ ਲੈ ਗਿਆ ਕਹਿੰਦਾ ਬੜੀ ਕਰਾਰੀ ਨੀ ਚੰਦਰੇ ਨੇ ਹੋਰ ਮੰਗ ਲਈ ਮੈਂ ਵੀ ਕਰੀ ਸੀ ਬੁਲਾ ਤੇ ਮਾਰੀ ਨੀ ਚੰਦਰੇ ਨੇ ਹੋਰ ਮੰਗ ਲਈ ਮੈਂ ਵੀ ਕਰੀ ਸੀ ਬੁਲਾ ਤੇ ਮਾਰੀ ਨੀ ਚੰਦਰੇ ਚੱਕਲਾ ਤੇ ਬੇਲਣਾ ਤੇ ਇੱਕ ਨੱਕ ਭੇੜਾ ਨੀ ਮੇਰੇ ਘਰ ਹੁੰਦਾ ਭੈਣੇ ਚੱਕਲਾ ਤੇ ਬੇਲਣਾ ਤੇ ਇੱਕ ਨੱਕ ਭੇੜਾ ਨੀ ਤੇਤੋਂ ਲੈ ਕੇ ਫੁੱਕਣਾ ਸੀ ਚੱਕਲਾ ਤੇ ਬੇਲਣਾ ਤੇ ਇੱਕ ਨੱਕ ਭੇੜਾ ਨੀ ਸੌਂਕਣ ਸੌਂਕਣੇ ਅੱਡੀਆਂ ਚੱਪੜੀ ਚ ਪਾਣੀ ਲੈ ਕੇ ਡੁੱਬ ਮਾਰ ਤੂੰ ਮਾਰ ਸੌਂਕਣ ਦਾ ਮੁਕਾਬਲਾ ਅੰਮੋ ਸਾਹਮਣੇ ਤੇਰਾ ਦਿੱਲੀ ਮੇਰਾ ਆਗਰਾ ਅੰਮੋ ਸਾਹਮਣੇ ਅੱਡੀਆਂ ਨੀ ਟੁੱਟ ਪੈਣੇ ਨੇ ਲੜਾ ਕੇ ਛੱਡੀਆਂ ਨੀ ਟੁੱਟ ਪੈਣੇ ਨੇ ਲੜਾ ਕੇ ਛੱਡੀਆਂ ਨੀ ਟੁੱਟ ਪੈਣੇ ਨੇ ਲੜਾ ਕੇ ਛੱਡੀਆਂ ਨੀ ਬਾਤ ਹੈ ਵਾਕਈ ਦੇਖਿਆ ਫਿਰ ਦੱਸੋ ਕਿੰਨਾ ਮਜ਼ਾ ਆ ਰਿਹਾ ਅੱਜ ਇਸ ਪ੍ਰੋਗਰਾਮ ਨੂੰ ਕਰਨ ਦਾ ਕਿਉਂਕਿ ਇੱਕ ਨਹੀਂ ਦੋ ਨਹੀਂ ਪੰਜ ਜਾਣੇ ਸਾਡੇ ਕੋਲ ਸੈਲੀਬ੍ਰਿਟੀਜ਼ ਬੈਠੇ ਨੇ ਇੱਥੇ ਔਰ ਜਿਨ੍ਹਾਂ ਨੇ ਸਾਡੇ ਭਵਿੱਖ ਨੂੰ ਸਾਹਮਣਾ ਅੱਗੇ ਜਾ ਕੇ ਅਤੇ ਇਹੀ ਜਿਹੜਾ ਕਲਚਰ ਅਸੀਂ ਪ੍ਰਮੋਟ ਕਰਨ ਲਈ ਕੋਸ਼ਿਸ਼ ਕੀਤੀ ਹੈ ਇਸ ਪ੍ਰੋਗਰਾਮ ਰਾਹੀਂ ਵੀ ਤੁਹਾਨੂੰ ਪਤਾ PVC 'ਤੇ ਅਸੀਂ ਹਮੇਸ਼ਾ ਜਿਹੜਾ ਵੀ ਪ੍ਰੋਗਰਾਮ ਲੈ ਕੇ ਆਉਂਦੇ ਉਹ ਇਸ ਤਰ੍ਹਾਂ ਦੇ ਹੀ ਲੈ ਕੇ ਆਉਂਦੇ ਜਿਹਦੇ ਵਿੱਚ ਆਪਣੇ ਪੰਜਾਬ ਦੀ ਗੱਲ ਹੋਵੇ ਪੰਜਾਬੀ ਕਲਚਰ ਦੀ ਗੱਲ ਹੋਵੇ ਪੰਜਾਬੀ ਮਾਂ ਬੋਲੀ ਦੀ ਗੱਲ ਹੋਵੇ ਸੋ ਅੱਜ ਦੇ ਪ੍ਰੋਗਰਾਮ ਦਾ ਮਕਸਦ ਵੀ ਇਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਨਾਲ ਔਰ ਆਪਣੇ ਪੰਜਾਬੀ ਵਿਰਸੇ ਨਾਲ ਜੋੜ ਸਕੀਏ ਜਸਕੀਰਤ ਤੁਸੀਂ ਕੀ ਸੁਣਾਓਗੇ ਬੋਲੀਆਂ ਤਾਂ ਸੁਣਾਤੀਆਂ ਮੈਂ ਦੋ ਲਾਈਨਾਂ ਹੀ ਬੋਲੂੰਗੀ ਆ ਜਾਓ ਫਿਰ ਇਸ਼ਾਰਾ ਸੱਗੀ ਬਿਨਾ ਅਧੂਰੀ ਹੈ ਫੁਲਕਾਰੀ ਦੇ ਨਾਲ ਪੂਰੀ ਹੈ ਆਕੜ ਭਾਵੇਂ ਨਹੀਂ ਕਰਦੀ ਮਾੜੀ ਕਿਸੇ ਦੀ ਨਹੀਂ ਚੜਦੀ ਚੰਦ ਸੌਰ ਸਲਾਮਾਂ ਕਰਦੇ ਨੇ ਉਹਦੇ ਪੈਰਾਂ ਵਿੱਚ ਆ ਬੈਂਦੇ ਨੇ ਹਾਂ ਉਹਨੂੰ ਪੰਜਾਬਣ ਕਹਿੰਦੇ ਨੇ
ਉਹਦੇ ਕੇਸ ਬਥੇਰੇ ਲੰਬੇ ਨੇ, ਉਹਨੇ ਨਾਲ ਪਰਾਂਦੇ ਬੰਨੇ ਨੇ, ਨਿਤ ਦੁੱਧ ਮੱਖਣਾ ਨਾਲ ਪਾਲੇ ਨੇ, ਉਹਨੇ ਪੁੱਤਾਂ ਵਾਂਗ ਸੰਭਾਲੇ ਨੇ, ਜਦ ਕੇਸਾਂ ਨੂੰ ਸਹਿਲਾਵੇ ਉਹ ਖੰਭ ਮੋਰ ਝਾੜ ਜਾ ਬਹਿੰਦੇ ਨੇ, ਹਾਂ ਉਹਨੂੰ ਪੰਜਾਬਣ ਕਹਿੰਦੇ ਨੇ। ਗੱਲ ਉਹਦੇ ਉੱਚੇ ਕਿਰਦਾਰ ਦੀ, ਪੈਰੀ ਜੁੱਤੀ ਤਿੱਲੇਦਾਰ ਦੀ, ਉਹਦੀ ਤੋਰ ਜਮਾਂ ਜਿਵੇਂ ਸੱਪ ਦੀ, ਤੇ ਸਿਫਤ ਟੂਣੇ ਹਾਰੀ ਅੱਖ ਦੀ, ਜਸਕੀਰਤ ਕੌਰ ਨੂੰ ਦਾਤੇ ਨੇ ਰੂਪ ਦਿੱਤਾ, ਐਵੇਂ ਨਹੀਂ ਪੰਜਾਬਣ ਕਹਿੰਦੇ ਨੇ, ਹਾਂ ਮੈਂ ਹਾਂ ਮਜਾਜਣ ਤੇ ਮੈਨੂੰ ਪੰਜਾਬਣ ਕਹਿੰਦੇ ਨੇ। ਕਿਆ ਬਾਤ ਹੈ, ਬਹੁਤ ਬਹੁਤ ਵਾਕਈ ਤੂੰ ਹੈ ਮਜਾਜਣ ਤੇ ਮੈਨੂੰ ਪੰਜਾਬਣ ਕਹਿੰਦੇ ਨੇ, ਵਾਕਈ ਬਹੁਤ ਸਹੀ ਗੱਲ ਕੀਤੀ ਹੈ। ਸਵਿਤਾ ਜੀ ਜੀ, ਤੁਸੀਂ ਕੀ ਸੁਣਾਓਗੇ? ਮੈਂ ਬੋਲੀ ਸੁਣਾ ਦਿੰਦੀ ਆ। ਆਜੋ ਫਿਰ ਦਰਸ਼ਕਾਂ ਨੂੰ, ਮੇਰੇ ਨਾਲ ਵੀ ਤੁਸੀਂ ਸਾਥ ਦੇ ਰਹੇ ਹੋ। ਹਾਂਜੀ ਜਰੂਰ, ਹਾਂਜੀ ਜਰੂਰ। ਨੱਚਣ ਵਾਲੀ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ, ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ, ਬੋਲੀ ਮੈਂ ਪਾਵਾਂ ਨੱਚ ਲੱਗਦੇ ਵਿੱਚ ਤੂੰ ਨੀ, ਬੋਲੀ ਮੈਂ ਪਾਵਾਂ ਨੱਚ ਲੱਗਦੇ ਵਿੱਚ ਤੂੰ ਨੀ, ਬੋਲੀ ਮੈਂ ਪਾਵਾਂ ਨੱਚ ਲੱਗਦੇ ਵਿੱਚ ਤੂੰ। ਬਹੁਤ ਵਧੀਆ, ਵਾਕਈ ਬੜਾ ਮਜ਼ਾ ਆ ਰਿਹਾ ਪ੍ਰਦੇਸ਼ ਕੋਲ, ਔਰ ਗੱਲ ਕਰਨ ਦਾ ਤੁਹਾਡੇ ਨਾਲ ਇੰਨਾ ਮਜ਼ਾ ਆ ਰਿਹਾ ਪ੍ਰੋਗਰਾਮ ਕਰਨ ਦਾ ਕਿ ਲੱਗ ਰਿਹਾ ਕਿ ਵਾਕਈ ਅੱਜ ਗਿੱਧਾ ਪਾਉਣ ਨੂੰ ਅੱਡੀ ਸਾਡੀ ਵੀ ਹੋਣੀ, ਕੀ ਕਰੀਏ ਅਸੀਂ ਨੱਚ ਨਹੀਂ ਸਕਦੇ ਇਸ ਵੇਲੇ ਕਿਉਂਕਿ ਅਸੀਂ ਟੀਵੀ ਤੇ ਤੁਹਾਨੂੰ ਇਹ ਸ਼ੋ ਦਿਖਾ ਰਹੇ ਹਾਂ। ਸਰਬਜੀਤ, ਹੁਣ ਆਪਾਂ ਚੱਲਦੇ ਹਾਂ ਥੋੜੇ ਜਿਹੇ ਹੋਰ ਸਵਾਲਾਂ ਵੱਲ। ਤੁਸੀਂ ਵਿਨ ਕਰ ਲਿਆ, ਵਿਨ ਕਰਨ ਤੋਂ ਬਾਅਦ ਤੁਹਾਡੀ ਕਈ ਰਿਸਪੋਂਸੀਬਿਲਟੀਜ਼ ਬਣ ਜਾਂਦੀਆਂ ਆ ਕਿਉਂਕਿ ਤੁਸੀਂ ਹੁਣ ਇੱਕ ਪਬਲਿਕ ਫਿਗਰ ਹੋ, ਤੁਹਾਨੂੰ ਜਾਣਦੇ ਆ ਕਿ ਸਰਬਜੀਤ ਕੌਰ ਜੋ ਹੈ ਉਹ ਯੂਰੋਪੀਅਨ, ਜਿਹੜੀ ਯੂਰਪ ਪੰਜਾਬਣ 2023 UK ਦੀ ਵਿਨਰ ਹੈ, ਔਰ ਤੁਹਾਡੀ ਜਿਹੜੀ ਰਿਸਪੋਂਸੀਬਿਲਟੀਜ਼ ਹੈ ਉਦੋਂ ਲੈ ਕੇ ਤੁਸੀਂ ਅੱਗੇ ਕੀ ਕਰਨਾ ਚਾਹੋਗੇ? ਹੁਣ ਪੰਜਾਬੀ ਮਾਂ ਬੋਲੀ ਬਾਰੇ, ਪੰਜਾਬੀ ਵਿਰਸੇ ਬਾਰੇ ਕੀ ਕਰਨਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਪ੍ਰੇਮਸ ਵੈਡਿੰਗ ਡੈਕੋਰੇਸ਼ਨ ਦਾ ਤੇ ਸਿੰਘ ਡਿਜੀਟਲ ਮੀਡੀਆ ਦਾ, ਜਿਨ੍ਹਾਂ ਨੇ ਇੱਕ ਬਹੁਤ ਪਿਆਰੀ ਰਿਸਪੋਂਸੀਬਿਲਟੀ ਮੈਨੂੰ ਦਿੱਤੀ ਆ ਜੀ, ਕਿ ਇਹ ਰਿਸਪੋਂਸੀਬਿਲਟੀ ਇੰਨੀ ਜ਼ਿਆਦਾ ਸੋਹਣੀ ਆ ਕਿ ਮੈਂ ਇਹਨੂੰ ਨਿਭਾਉਣ ਲਈ ਬਹੁਤ ਜ਼ਿਆਦਾ ਖੁਸ਼ ਮਹਿਸੂਸ ਕਰਾਂਗੀ। ਤੇ ਮੈਂ ਹੁਣ ਸਭ ਤੋਂ ਪਹਿਲਾਂ ਤਾਂ ਮੈਂ, ਅਸੀਂ ਵੈਸਟਰਨ ਪਾਉਂਦੇ ਹਾਂ ਤੇ ਸਾਨੂੰ ਇੱਥੇ ਪਾਉਣਾ ਵੀ ਪੈਂਦਾ ਆ ਬਾਹਰਲੇ ਦੇਸ਼ਾਂ ਦੇ ਵਿੱਚ, ਪਰ ਮੈਂ ਹੁਣ ਇਹ ਟਰਾਈ ਕਰੂੰਗੀ ਜ਼ਿਆਦਾ ਤੋਂ ਜ਼ਿਆਦਾ ਮੈਂ ਸੋਸ਼ਲ ਮੀਡੀਆ ਦੇ ਉੱਤੇ ਕਿ ਜਿਹੜੇ ਮੈਨੂੰ ਫੋਲੋ ਕਰਦੇ ਆ, ਲਾਈਕ ਆਪਣੀਆਂ ਪੰਜਾਬੀ ਗਰਲਸ ਜਿਹੜੀਆਂ ਹਨ, ਤੇ ਬਹੁਤ ਇੱਧਰਲੀਆਂ ਬੋਰਨ ਬਰੋਟ ਅਪ ਆ, ਤੇ ਮੈਂ ਆਪਣਾ ਪਹਿਰਾਵਾ ਥੋੜਾ ਜਿਹਾ ਪੰਜਾਬੀ ਰੱਖਾਂ ਕਿ ਜਿਹੜੇ ਮੈਨੂੰ ਦੇਖਦੇ ਆ, ਜਿਨ੍ਹਾਂ ਨੂੰ ਪਤਾ ਕਿ ਹਾਂ ਮੈਂ ਇਸ ਪਲੇਟਫਾਰਮ ਤੇ ਆ ਤੇ ਮੈਂ ਇਸ ਨੂੰ ਵਿਨ ਕੀਤਾ ਇਸ ਕੰਪੀਟੀਸ਼ਨ ਨੂੰ, ਤੇ ਓਬਵੀਅਸਲੀ ਮੇਰੀ ਇੱਕ ਅਲੱਗ ਦੇਖਿਆ ਉਹਨਾਂ ਦੇ ਲਈ, ਤੇ ਮੈਂ ਆਪਣਾ ਪੰਜਾਬੀ ਪਹਿਰਾਵਾ ਪਾਉਂਗੀ ਔਰ ਉਹ ਮੈਂ ਉਹਨਾਂ ਦੇ ਸਾਹਮਣੇ ਜ਼ਿਆਦਾ ਤੋਂ ਜ਼ਿਆਦਾ ਆਪਣੇ ਪੰਜਾਬੀ ਕਲਚਰ ਨੂੰ ਉਹਨਾਂ ਦੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੀ ਜਿੰਨਾ ਕੁ ਵੀ ਮੈਂ ਕਰ ਸਕਦੀ ਹਾਂ ਇੱਕ ਸੋਸ਼ਲ ਮੀਡੀਆ ਦੇ ਦੁਆਰਾ ਤੇ ਆਪਣੀ ਪਰਸਨਲ ਜਿੰਨੇ ਵੀ ਮੈਨੂੰ ਮਿਲਣਗੇ ਜਾਣਦੇ ਆ, ਹਾਂਜੀ ਉਹਨਾਂ ਦੁਆਰਾ। ਚਲੋ, ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਜਾਂ ਪੰਜਾਬੀ ਕਲਚਰ ਨੂੰ ਪ੍ਰਮੋਟ ਕਰੋਗੇ। ਅਨੂ ਜੀ, ਤੁਸੀਂ ਕਿਸ ਤਰ੍ਹਾਂ ਕਰੋਗੇ ਕਿਉਂਕਿ ਤੁਹਾਡੀ ਵੀ ਰਿਸਪੋਂਸੀਬਿਲਟੀ ਬਣਦੀ, ਤੁਸੀਂ ਵੀ ਪਬਲਿਕ ਫਿਗਰ ਹੋ, ਤੁਸੀਂ ਸਾਰੇ ਹੀ ਜਿੰਨੇ ਇੱਥੇ ਬੈਠੇ ਨੇ ਤੁਸੀਂ ਸਾਰੇ ਪਬਲਿਕ ਫਿਗਰ ਹੋ, ਤੁਹਾਡੀ ਰਿਸਪੋਂਸੀਬਿਲਟੀ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ, ਸੋ ਤੁਸੀਂ ਕਿਸ ਤਰ੍ਹਾਂ ਕਰੋਗੇ? ਹਾਂਜੀ ਤਖਤ ਸਾਹਿਬ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅਸੀਂ ਆਲਰੇਡੀ ਗਿੱਧੇ ਦੀ ਕਲਾਸਿਸ ਮੈਂ ਰਨ ਕਰ ਰਹੀ ਹਾਂ, ਪਰ ਹੁਣ ਤੱਕ ਸਾਡੇ ਕੋਲ ਗਿੱਧਾ ਟੀਮ ਸੀ ਲਾਈਕ ਆਲਮੋਸਟ ਕਹਿ ਲਓ 25 ਤੋਂ ਲੈ ਕੇ 40 ਸਾਲ ਦੀ ਏਜ, ਪਰ ਹੁਣ ਮੇਰੀ ਅੱਗੇ ਕੋਸ਼ਿਸ਼ ਹੈ ਕਿ ਅਸੀਂ ਇੱਕ ਹੋਰ ਯੰਗ ਬੱਚਿਆਂ ਦੀ ਕਹਿ ਲਓ, ਹੁਣ ਮੇਰੇ ਕੋਲ ਅਸੀਂ ਆਡੀਸ਼ਨ ਸ਼ੁਰੂ ਕਰਨੇ ਆ, ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਵਿਲਨ ਹਾਲ ਚ ਅਸੀਂ ਹੁਣ ਛੋਟੇ ਬੱਚਿਆਂ ਦੀ ਗਿੱਧਾ ਟੀਮ ਦੇ ਲਈ ਆਡੀਸ਼ਨ ਸ਼ੁਰੂ ਕਰਨੇ ਆ, ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗੀ ਕਿ ਤੁਸੀਂ ਆਪਣੇ ਆਪਣੇ ਬੱਚਿਆਂ ਨੂੰ ਪਲੀਜ਼ ਭੇਜੋ ਤਾਂ ਕਿ ਅਸੀਂ ਉਹਨਾਂ ਨੂੰ ਗਿੱਧਾ ਸਿਖਾ ਸਕੀਏ, ਉਹਨਾਂ ਨੂੰ ਆਪਣੇ ਕਲਚਰ ਨਾਲ ਜੋੜ ਕੇ ਰੱਖ ਸਕੀਏ, ਤੇ ਕੱਲ ਨੂੰ ਅਸੀਂ ਬੱਚਿਆਂ ਦੀ ਟੀਮ ਬਣਾ ਕੇ ਉਹਨਾਂ ਨੂੰ ਅੱਗੇ ਲੈ ਕੇ ਜਾ ਸਕੀਏ, ਮੇਰਾ ਇਹੀ ਮੇਨ ਮਕਸਦ ਰਹੇਗਾ। ਚਲੋ, ਬੜੀ ਖੁਸ਼ੀ ਦੀ ਗੱਲ ਹੈ। ਹਾਂਜੀ ਪਵਨ ਜੀ, ਹਾਂਜੀ, ਤੁਸੀਂ ਕਿਸ ਤਰ੍ਹਾਂ ਆਪਣੇ ਕਲਚਰ ਨੂੰ ਜਾਂ ਆਪਣੀ ਰਿਸਪੋਂਸੀਬਿਲਟੀ ਨੂੰ ਅੱਗੇ ਤੁਸੀਂ ਲੈ ਕੇ ਜਾਓਗੇ? ਹਾਂਜੀ, ਪਹਿਲਾਂ ਤਾਂ ਜਿੱਦਾਂ ਕਿ ਮੈਂ ਆਪਣੇ ਲਈ ਕਰਦੀ ਹੁੰਦੀ ਸੀ ਕਿ ਮੈਂ ਕਿੱਦਾਂ ਕਿਸੇ ਨੂੰ ਖੁਸ਼ੀ ਦੇ ਸਕਦੀ ਹਾਂ ਆਪਣੇ ਪੰਜਾਬੀ ਗਾਣੇ ਗਾ ਕੇ, ਬੋਲੀਆਂ ਪਾ ਕੇ, ਪਰ ਹੁਣ ਮੈਂ ਇਹ ਫੀਲ ਕਰਦੀ ਹਾਂ ਜਿੱਦਾਂ ਸਾਡੇ ਯਾਰਕਸ਼ਾਇਰ ਚ ਬ੍ਰੈਡਫੋਰਡ ਦੇ ਵਿੱਚ ਇੰਨਾ ਹੈ ਨਹੀਂ ਸੀ, ਸੋ ਅਸੀਂ ਥੋੜਾ ਮੈਂ ਡਰ ਡਰ ਕੇ ਰਹਿੰਦੀ ਸੀ ਇਹ ਚੀਜ਼ਾਂ ਕਰਨ ਤੋਂ, ਆਲਵੇਜ਼ ਅਸੀਂ ਇਹੀ ਗੱਲ ਕਰਦੇ ਹੁੰਦੇ ਹਾਂ ਕਿ ਜਿੱਦਾਂ ਇੰਗਲੈਂਡ ਦੇ ਬਰਮਿੰਗਮ ਲੰਡਨ ਵੱਡੇ ਸ਼ਹਿਰ ਆ, ਉੱਥੇ ਬਹੁਤ ਕੋਸ਼ ਹੋ ਰਿਹਾ ਆ ਆਪਣੇ ਪੰਜਾਬੀ ਕਲਚਰ ਬਾਰੇ, ਕਾਫੀ ਪ੍ਰੋਗਰਾਮ ਹੁੰਦੇ ਆ, ਕਦੀ ਪੰਜਾਬੜਾਂ ਦਾ ਮੇਲਾ, ਤੀਆਂ ਦਾ, ਅਸੀਂ ਸਿਰਫ ਇੱਕ ਤੀਆਂ ਦਾ ਮੇਲਾ ਲਾਈਦਾ ਸੀ ਆਪਣੇ ਸ਼ਹਿਰ ਦੇ ਵਿੱਚ, ਪਰ ਉਹ ਅਸੀਂ ਕਾਫੀ ਜਿੱਦਾਂ ਸਾਡਾ ਸੋਹਣਾ ਪ੍ਰੋਗਰਾਮ ਹੁੰਦਾ ਆ, ਪਰ ਹੁਣ ਮੈਨੂੰ ਇੰਨਾ ਕੁ ਜੋਸ਼ ਆਉਂਦਾ ਨਾ, ਇੰਨੇ ਕੁ ਲੋਕਾਂ
ਨਾਲ ਮੈਂ ਜੋੜ ਚੁੱਕੀ ਆ ਨਾ ਉਸ ਦਿਨ ਪ੍ਰੋਗਰਾਮ ਤੋਂ ਬਾਅਦ ਜਦੋਂ ਮੈਂ ਜਿੱਤ ਪ੍ਰਾਪਤ ਕੀਤੀ ਸੀ ਹੁਣ ਮੈਨੂੰ ਹਰ ਰੋਜ਼ ਮੈਂ ਉੱਥੋਂ ਵੀ ਬਹੁਤ ਕੁਝ ਸਿੱਖ ਕੇ ਆਈ ਹਾਂ ਤੇ ਹੁਣ ਮੈਂ ਹਰ ਰੋਜ਼ ਉਹਨਾਂ ਕੋਲੋਂ ਕੁਛ ਨਾ ਕੁਛ ਸਿੱਖ ਰਹੀ ਹਾਂ ਕੀ ਕਰ ਰਹੇ ਆ ਕਲਚਰ ਲਈ ਸੋ ਮੇਰਾ ਵੀ ਦਿਲ ਕਰਦਾ ਕਿ ਮੈਂ ਹੁਣ ਆਪਣੇ ਸ਼ਹਿਰ ਚ ਆ ਕਰਾਂ ਉਹ ਕਰਾਂ ਜਿੱਦਾਂ ਹੋਰ ਬਹੁਤ ਚੀਜ਼ਾਂ ਅਸੀਂ ਕਰੀਏ ਬੋਲੀ ਤਾਂ ਅਸੀਂ ਬੋਲੀ ਦੀ ਆ ਪੰਜਾਬੀ ਅਸੀਂ ਆਪਣੇ ਸਾਰੇ ਬੱਚਿਆਂ ਨੂੰ ਸਿਖਾਈ ਹੋ ਆ ਪੰਜਾਬੀ ਸਕੂਲ ਚ ਪੜ੍ਹਾਈ ਦਾ ਆ ਸਭ ਕੁਛ ਪਰ ਹੁਣ ਇੱਕ ਬਹੁਤ ਜੋਸ਼ ਜਿਹਾ ਜਿੱਦਾਂ ਅੰਦਰ ਆ ਗਿਆ ਤਾਂ ਦੂਸਰੀ ਗੱਲ ਇਹ ਆ ਕਿ ਉਹ ਜਿਹੜਾ ਇੱਕ ਡਰ ਸੀ ਇੱਕ ਸੰਗ ਸੀ ਇਹ ਖਿਤਾਬ ਜਿੱਤਣ ਤੋਂ ਬਾਅਦ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਦੋਂ ਸਾਰੇ ਆ ਕੇ ਵਧਾਈਆਂ ਦਿੰਦੇ ਬਹੁਤ ਸੋਹਣਾ ਲੱਗਦਾ ਆ ਤੇ ਇੱਕ ਜਿੱਦਾਂ ਮਨ ਚੋਂ ਡਰ ਜਿਹਾ ਨਿਕਲ ਗਿਆ ਕਿ ਉਹ ਕਹੋਗੇ ਕਿ ਲੈ ਇਹ ਕੀ ਕਰਦੀ ਫਿਰਦੀ ਪਰ ਹੁਣ ਜਿੱਦਾਂ ਉਹ ਖੁਦ ਆ ਕੇ ਕਹਿੰਦੇ ਆ ਹਾਏ ਸਾਡੀਆਂ ਕੁੜੀਆਂ ਨੂੰ ਵੀ ਸਿਖਾਓ ਏਦਾਂ ਕਿੰਨਾ ਸੋਹਣਾ ਤੁਸੀਂ ਇਹ ਕੀਤਾ ਪ੍ਰੋਗਰਾਮ ਜਦੋਂ ਸਾਡੇ ਵੀਡੀਓ ਦੇਖਦੇ ਆ ਅਸੀਂ ਪਾਈ ਦੀਆਂ ਆ ਸੋ ਬਹੁਤ ਹੀ ਮਾਣ ਪ੍ਰਾਪਤ ਹੁੰਦਾ ਆ ਹੁਣ ਜਿਹੜਾ ਕੰਮ ਅਸੀਂ ਬਿਲਕੁਲ ਖੁੱਲ ਕੇ ਕਰ ਸਕਦੇ ਆ ਆਪਣੇ ਅੱਗੇ ਬੱਚਿਆਂ ਨੂੰ ਕਿੱਦਾਂ ਸਿਖਾਵਾਂਗੇ ਬੋਲੀਆਂ ਸਿਖਾਵਾਂਗੇ ਤੇ ਇਸ ਤਰ੍ਹਾਂ ਨਾਲ ਜ਼ਰੂਰ ਹਾਂਜੀ ਬਹੁਤ ਸੋਹਣੀ ਗੱਲ ਆ ਕਿ ਤੁਸੀਂ ਆਪਣੇ ਕਲਚਰ ਨੂੰ ਅੱਗੇ ਪ੍ਰਮੋਟ ਕਰੋਗੇ ਇਸ ਤਰੀਕੇ ਨਾਲ ਹਾਂਜੀ ਜਸਕੀਰਤ ਤੁਸੀਂ ਕਿਸ ਤਰ੍ਹਾਂ ਪ੍ਰਮੋਟ ਕਰੋਗੇ ਜਾਂ ਆਪਣੇ ਕਲਚਰ ਨੂੰ ਕਿਉਂਕਿ ਤੁਹਾਡੀ ਰਿਸਪੋਂਸੀਬਿਲਟੀ ਵੀ ਹੁਣ ਯੰਗ ਜਨਰੇਸ਼ਨ ਵਿੱਚ ਤੁਹਾਡੀ ਰਿਸਪੋਂਸੀਬਿਲਟੀ ਆ ਗਈ ਹੈ ਤੁਸੀਂ ਪੰਜਾਬੀ ਕਲਚਰ ਨੂੰ ਜਾਂ ਆਪਣੀ ਰਿਸਪੋਂਸੀਬਿਲਟੀ ਨੂੰ ਕੀ ਸੋਚਦੇ ਹੋ ਵੀ ਮੇਰੀ ਰਿਸਪੋਂਸੀਬਿਲਟੀ ਬਣਦੀ ਕਿ ਮੈਂ ਕੀ ਕਰਾਂ ਮੈਂ ਪਹਿਲਾਂ ਤਾਂ ਸਿੰਘ ਡਿਜੀਟਲ ਮੀਡੀਆ ਦਾ ਤੇ ਫ੍ਰੇਮਸ ਵੈਡਿੰਗ ਡੈਕੋਰੇਸ਼ਨ ਦਾ ਤੇ ਤੁਹਾਡਾ ਥੈਂਕ ਯੂ ਕਰਦੀ ਹਾਂ ਕਿ ਜਿਨ੍ਹਾਂ ਨੇ ਇਹ ਪਲੈਟਫਾਰਮ ਕ੍ਰੀਏਟ ਕੀਤਾ ਤੇ ਸਾਨੂੰ ਅੱਗੇ ਲੈ ਕੇ ਆਏ ਤਾਂ ਮੇਰਾ ਮੇਨ ਫੋਕਸ ਹੋਊਗਾ ਕਿ ਹਾਂ ਲਾਈਕ ਥੋੜਾ ਜਿਹਾ ਮੈਂ ਜਿੰਨਾ ਕੁ ਮੈਨੂੰ ਗਿੱਧਾ ਆਉਂਦਾ ਤੁਸੀਂ ਜਿੱਦਾਂ ਕਿਹਾ ਗਿੱਧਾ ਇਹਦਾ ਵਧੀਆ ਆ ਜਿੰਨਾ ਕੁ ਮੈਨੂੰ ਆਉਂਦਾ ਤਾਂ ਮੈਂ ਹੋਰਾਂ ਨੂੰ ਸਿਖਾ ਸਕਾਂ ਤੇ ਇੱਕ ਆਪਣੀ ਪੰਜਾਬੀ ਲੈਂਗੁਏਜ ਨੂੰ ਕਰਾਂ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਾਂ ਤੇ ਇੱਕ ਆਪਣਾ ਸੂਟ ਉਹ ਪ੍ਰਮੋਟ ਕਰਾਂ ਆਪਣੇ ਡਰੈਸ ਨੂੰ ਆਪਣੇ ਵਿਰਸੇ ਨੂੰ ਗੁੱਡ ਬਹੁਤ ਅੱਛੀ ਗੱਲ ਹੈ ਸਵਿਤਾ ਤੁਸੀਂ ਕਿਸ ਤਰ੍ਹਾਂ ਕਰੋਗੇ ਜੀ ਮੇਰੀ ਪੂਰੀ ਕੋਸ਼ਿਸ਼ ਰਹੂਗੀ ਕਿ ਮੈਂ ਇਹ ਕਲਚਰ ਯੂ ਨੋ ਅੱਗੇ ਇੱਕ ਰਿਸਪੋਂਸਿਬਿਲਟੀ ਹੋਰ ਆ ਗਈ ਆ ਜਿੱਦਾਂ ਕਿ ਮੈਂ ਲਾਈਕ ਮੈਨੂੰ ਲੱਗਦਾ ਕਿ ਮੇਰੇ ਕੋਲ ਰੈਡੀ ਇੱਕ ਪਲੈਟਫਾਰਮ ਹੈਗਾ ਜਿੱਥੇ ਮੈਂ ਇਸ ਟਾਈਟਲ ਨੂੰ ਅੱਗੇ ਵਧਾ ਸਕਦੀ ਹਾਂ ਜਿੱਦਾਂ ਕਿ ਮੈਂ ਹੁਣ ਫਾਰਮਸੀ ਕੀਤੀ ਹੋਈ ਹੈ ਕੁਆਲੀਫਾਈਡ ਫਾਰਮਸਿਸਟ ਟੈਕਨੀਸ਼ੀਅਨ ਤੇ ਨਾਲ ਦੇ ਨਾਲ ਲਾਈਕ ਮੈਂ ਸਪੈਜੁਏਟ ਹੋਮਿਓਪੈਥੀ ਕੀਤੀ ਹੋਈ ਆ ਤੀਜੀ ਜਨਰੇਸ਼ਨ ਲਾਈਕ ਮੇਰੇ ਬੜੇ ਪਾਪਾ ਨੂੰ 50 ਸਾਲ ਹੋ ਗਏ ਫਿਰ ਮੇਰੇ ਪਾਪਾ ਨੂੰ ਲਾਈਕ 25 ਸਾਲ ਹੋ ਗਿਆ ਤੇ ਫਿਰ ਮੈਂ ਸੋ ਮੈਂ ਲੋਕਾਂ ਨਾਲ ਇੰਟਰੈਕਟ ਕਰਦੀ ਹਾਂ ਯੂ ਨੋ ਸੋ ਲਾਈਕ ਮੈਂ ਪੰਜਾਬੀ ਰੇਡੀਓ ਦੀ ਵੀ ਪ੍ਰੈਜੈਂਟ ਹੈਗੀ ਆ ਸੋ ਮੈਂ ਯੰਗ ਜਨਰੇਸ਼ਨਾਂ ਦੇ ਨਾਲ ਕਾਫੀ ਕਨੈਕਟ ਹੁੰਦੀ ਆ ਸੋਸ਼ਲ ਮੀਡੀਆ ਪਲੈਟਫਾਰਮ ਤੇ ਸੋ ਉਸ ਚੀਜ਼ ਨੂੰ ਲੈ ਕੇ ਮੈਂ ਹੋਰ ਗਰੋ ਕਰਨਾ ਚਾਹੂੰਗੀ ਤਾਂ ਯੂ ਨੋ ਯੰਗ ਜਨਰੇਸ਼ਨਾਂ ਨੂੰ ਦੱਸਣਾ ਚਾਹੂੰਗੀ ਮੇਰੀ ਦੋ ਛੋਟੀ ਸਿਸਟਰਸ ਵੀ ਆ ਤਾਂ ਉਹਨਾਂ ਨੂੰ ਲਾਈਕ ਮੈਂ ਹੋਰ ਉਹਨਾਂ ਨੂੰ ਲੈ ਕੇ ਆਉਣਾ ਚਾਹੂੰਗੀ ਪੰਜਾਬੀ ਕਲਚਰ ਵਿੱਚ ਚਲੋ ਬੜੀ ਖੁਸ਼ੀ ਦੀ ਗੱਲ ਹੈ ਹੁਣ ਆਪਾਂ ਛੋਟੀ ਜਿਹੀ ਗੇਮ ਖੇਡਣੀ ਹੈ ਤੁਹਾਡੇ ਸਾਰਿਆਂ ਨਾਲ ਕਿਉਂਕਿ ਤੁਸੀਂ ਕਾਫੀ ਟਾਈਮ ਗੁਜ਼ਾਰਿਆ ਇਕੱਠਿਆਂ ਨੇ ਉੱਥੇ ਤੁਹਾਨੂੰ ਇੱਕ ਦੂਸਰੇ ਬਾਰੇ ਚੰਗੀ ਤਰ੍ਹਾਂ ਪਤਾ ਆ ਠੀਕ ਹੈ ਸੋ ਪਹਿਲਾਂ ਆਪਾਂ ਤੁਹਾਨੂੰ ਪੁੱਛਦੇ ਹਾਂ ਤੁਹਾਨੂੰ ਤਿੰਨਾਂ ਚੋਂ ਸਭ ਤੋਂ ਜ਼ਿਆਦਾ ਕੰਜੂਸ ਕੌਣ ਸੀ ਤੁਹਾਡੇ ਤਿੰਨਾਂ ਚੋਂ ਕੰਜੂਸ ਕਿਹੜੀ ਸੈਂਸ ਦੇ ਵਿੱਚ ਵੀ ਕੋਲੋਂ ਉੱਥੇ ਸਾਨੂੰ ਇਹ ਤੁਸੀਂ ਦੇਖਣਾ ਵੀ ਉੱਥੇ ਤੁਹਾਡੇ ਨਾਲ ਕੀ ਹੋਇਆ ਕਿਸ ਤਰ੍ਹਾਂ ਹੋਇਆ ਕਿਸੇ ਚੀਜ਼ ਨੂੰ ਵੀ ਲੈ ਕੇ ਤੁਹਾਡੇ ਮੇਕਅਪ ਨੂੰ ਲੈ ਕੇ ਤੁਹਾਡੇ ਡਰੈਸ ਅਪ ਸੈਂਸ ਨੂੰ ਲੈ ਕੇ ਕੋਈ ਕਿਸ ਤਰ੍ਹਾਂ ਸੀਗਾ ਆਲ ਸੇ ਸਰਵ ਬਿਕੋਜ਼ ਮੈਂ ਉਹਦਾ ਰੀਜ਼ਨ ਵੀ ਤੁਹਾਨੂੰ ਦੱਸਦੀ ਹਾਂ ਹਾਂਜੀ ਮੈਂ ਵੀਡੀਓ ਬਣਾ ਰਹੀ ਸੀ ਉਹਦੇ ਵਿੱਚ ਕਰਨ ਔਜਲਾ ਦਾ ਸੌਂਗ ਅੱਜ ਕੱਲ ਬਹੁਤ ਚੱਲ ਰਿਹਾ ਹੈ ਤਾਂ ਇਹ ਕੁੰਡਲਾ ਪਵਾਲਵਾ ਹਨ ਤੇ ਅਸੀਂ ਸਾਰੇ ਬਿਕੋਜ਼ ਸਾਰੇ ਤੇ ਬਹੁਤ ਪ੍ਰੈਸ਼ਰ ਸੀ ਕੰਪੀਟੀਸ਼ਨ ਦਾ ਤੇ ਮੈਂ ਕਿਹਾ ਆਪਾਂ ਥੋੜਾ ਮਾਹੌਲ ਨੂੰ ਲਾਈਟ ਕਰਦੇ ਹਾਂ ਹਨਾ ਤੇ ਸਰਵ ਇਹਦਾ ਦਿਲ ਕਰ ਰਿਹਾ ਸੀ ਕਿ ਮੈਂ ਵੀਡੀਓ ਜੀ ਅਮਾਸ਼ੀ ਵਾਸ ਸਟੈਂਡਿੰਗ ਉਹ ਥੋੜਾ ਦੂਰ ਖੜੀ ਹੈ ਉੱਥੋਂ ਡਾਂਸ ਕਰੀ ਪਰ ਵੀਡੀਓ ਚ ਨਹੀਂ ਆ ਰਹੀ ਸੋ ਇਨ ਦੈਟ ਸੈਂਡ ਆਈ ਵਿਲ ਸੇ ਕਿ ਤੁਸੀਂ ਕੰਜੂਸ ਸੀ ਉਸ ਗੱਲ ਨੂੰ ਸੋ ਮੇਰੇ ਵੀਡੀਓ ਚ ਪਾਰਟਿਸਿਪੇਟ ਨਹੀਂ ਕੀਤਾ ਆ ਵਾਸ ਨਰਵਸ ਹਾਂ ਯਾ ਅੱਛਾ ਚਲੋ ਕੋਈ ਨਹੀਂ ਇਹ ਵੀ ਪਤਾ ਲੱਗ ਗਿਆ ਹੁਣ ਕਿਉਂਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਇਕੱਠੇ ਰਹੇ ਹੋ ਨਾ ਫਿਰ ਤਾਂ ਕਰੀ ਮੈਂ ਪੁੱਛ ਰਿਹਾ ਤੁਹਾਨੂੰ ਤੇ ਤੁਹਾਡੇ ਚ ਕੌਣ ਸੀ ਮੈਨੂੰ ਲੱਗਦਾ ਨਹੀਂ ਆਪਾਂ ਸੀਗੇ ਅੱਛਾ ਓਕੇ ਚਲੋ ਇਹ ਵੀ ਗੱਲ ਠੀਕ ਹੈ ਅਗਲਾ ਕੁਐਸਚਨ ਤੁਹਾਡੇ ਸਾਰਿਆਂ ਤੋਂ ਤੁਹਾਡੇ ਸਾਰਿਆਂ ਚੋਂ ਬਾਤੂਨੀ ਕੌਣ ਸੀਗਾ ਜਿਹੜਾ ਗੱਲਾਂ ਬਹੁਤ ਕਰਦੀ ਸੀ ਆਪਣੇ ਅਨੂ ਹੁਣੀ ਦੱਸਿਆ ਨਾ ਕਿ ਵੀਡੀਓ ਬਣਾ ਰਹੇ ਸੀ ਉਸ ਵੇਲੇ ਸਾਰੇ ਇੰਨੇ ਸਟ੍ਰੈਸ ਵਿੱਚ ਸੀਗੇ ਹੈ ਨਾ ਖੜੇ ਤਾਂ ਇਹ ਕਹਿੰਦੇ ਛੱਡੋ ਸਟ੍ਰੈਸ ਨਾਲ ਆ ਜਾਓ ਵੀਡੀਓ ਬਣਾਉਣੇ ਤਾਂ ਅਸੀਂ ਦੋਨੋਂ ਅੱਗੇ ਆਈਆਂ ਇਹਨਾਂ ਨੇ ਫੋਨ ਆਨ ਕੀਤਾ ਅਸੀਂ ਇੱਕਦਮ ਸਾਰਾ ਸਟ੍ਰੈਸ ਹੀ ਗਾਇਬ ਕਰ ਦਿੱਤੀ ਉੱਥੋਂ ਅਸੀਂ ਇੰਨਾ ਡਾਂਸ ਕੀਤਾ ਉਸ ਵੇਲੇ ਇਸਦਾ ਹੋਇਆ ਕਿ ਅਸੀਂ ਸਟੇਜ ਤੇ ਨਹੀਂ ਜਾਣਾ ਬਸ ਸਟੇਜ ਲੱਗੀ ਆ ਇੰਜੋਏ ਹੋਇਆ ਅਸੀਂ ਪੂਰਾ ਖੁੱਲ ਕੇ ਇੰਜੋਏ ਕੀਤਾ ਦੋਨਾਂ ਜਾਣੀਆਂ ਨੇ ਦਰਸ਼ਕੋ ਦੇਖ ਵੀ ਰਿਹਾ ਕਿ ਕਿੰਨੀ ਗੱਲਬਾਤ ਕਰਦੀ ਹੈ ਕਿ ਗੱਲਾਂ ਕਰਦੀ ਕਰਦੀ ਰਹਿੰਦੀ ਹੈ ਪਰ ਇੱਕ ਗੱਲ ਹੋਰ ਟਕਸਾ ਵੀ ਮੈਂ ਤੁਹਾਨੂੰ ਦੱਸਾਂ ਕਿ ਉਹ ਸਾਡੀ ਨੇਚਰ ਹੈ ਕਾਈਂਡ ਆਫ ਮੇਰੀ ਨੇਚਰ ਹੈ ਕਿ ਮੈਂ ਆਲਵੇਸ ਮਾਹੌਲ ਚੀਜ਼ ਐਡਜਸਟ ਹੋ ਜਾਂਦੀ ਪਰ ਸਾਨੂੰ ਉੱਥੇ ਸੁਣਨ ਨੂੰ ਇਹ ਵੀ ਆਇਆ ਦੇ ਆਰ ਇਮ
impressing the people. So I said it's all right, fair enough. Chalo. Haan ji. ਤੁਹਾਡੇ ਚ ਕੌਣ ਸੀ? ਆਪਾਂ ਤਾਂ ਡੀਸੈਂਟ ਸੀਗੇ, ਮੈਂ ਬੋਲਦੀ ਹਾਂ ਜ਼ਿਆਦਾ। ਅੱਛਾ, ਮੇਰੀ ਆਦਤ ਹੈਗੀ ਆ ਸ਼ੁਰੂ ਤੋਂ, ਮੈਂ ਕਾਫੀ ਟੋਕਟਿਵ ਹੈਗੀ ਆ, ਮੈਨੂੰ ਬੋਲਿਆ ਵੀ ਆ ਲੋਕਿਆਂ ਨੇ। ਸੋ ਓਕੇ, ਹੁਣ ਤੁਸੀਂ ਇਹ ਦੱਸੋ ਵੀ ਤੁਹਾਡੀ ਕੁੜੀਆਂ ਚੋਂ ਜ਼ਿਆਦਾ ਭੁੱਖੀ ਕੌਣ ਸੀ, ਜਿਹਨੂੰ ਭੁੱਖ ਲੱਗਦੀ ਸੀ? ਆ ਦੇਖੋ ਸਹੀ ਹੈ, ਯੂ ਆਰ ਸੇਇੰਗ ਕਿ ਮੈਂ ਹੰਗਰੀ ਹਾਂ। ਭੁੱਖੀ ਕੌਣ ਸੀ? ਮੈਂ ਤਾਂ ਬਸ ਤੁਹਾਡੇ ਚੋ ਸਾਰਿਆਂ ਚੋ ਕੌਣ ਸੀ ਹੰਗਰੀ? ਮੇਰੀ ਤਾਂ ਭੁੱਖ ਹੀ ਮਿਟ ਗਈ, ਮੈਂ ਤਾਂ ਸਾਰਾ ਦਿਨ ਕੁਛ ਨਹੀਂ ਖਾਦਾ ਉਸ ਨੂੰ, ਸੀਰੀਅਸਲੀ ਸਾਰੇ ਵਿਹਲੇ ਹੀ ਸੀਗੇ। ਅੱਛਾ ਚਲੋ, ਚਾਹ ਹੀ ਇੰਨਾ ਸੀ ਉਸ ਦਿਨ ਪ੍ਰੋਗਰਾਮ ਤੱਕ, ਭੁੱਖ ਤਾਂ ਪਤਾ ਹੀ ਨਹੀਂ ਕਿੱਥੇ ਗਈ ਹੋਈ ਸੀਗੀ। ਓਕੇ ਚਲੋ, ਇਹ ਵੀ ਹੋ ਗਿਆ। ਹੁਣ ਕਿਉਂਕਿ ਸਾਡੇ ਕੋਲ ਟਾਈਮ ਬਹੁਤ ਘੱਟ ਰਹਿ ਗਿਆ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸਾਰਿਆਂ ਨੂੰ, ਖਾਸ ਕਰ ਸਰ ਜੀ, ਪਹਿਲਾਂ ਤੁਹਾਤੋਂ ਸ਼ੁਰੂ ਕਰਦਾ ਹਾਂ, ਤੁਸੀਂ ਆਉਣ ਵਾਲੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ? ਜੋ ਤੁਹਾਨੂੰ ਦੇਖ ਰਹੇ ਦਰਸ਼ਕ, ਉਹਨਾਂ ਵਿੱਚ ਕੁੜੀਆਂ ਸਾਰੀਆਂ ਹੈਗੀਆਂ, ਲੇਡੀਜ਼ ਹੈਗੀਆਂ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਪੇਰੈਂਟਸ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਪੰਜਾਬੀ ਸਿਖਾਓ। ਭਾਵੇਂ ਅਸੀਂ ਇਹਨਾਂ ਕੰਟਰੀਜ਼ ਦੇ ਵਿੱਚ ਆ ਗਏ ਹਾਂ, ਬੱਚਿਆਂ ਨੂੰ ਹਰ ਸਾਲ ਇੰਡੀਆ, ਪੰਜਾਬ, ਪਿੰਡ, ਖੇਤ, ਆਪਣੀਆਂ ਪੁਰਾਣੀਆਂ ਚੀਜ਼ਾਂ, ਪੁਰਾਣੇ ਘਰ ਜ਼ਰੂਰ ਦਿਖਾਓ ਜੀ, ਕਿ ਜਿਹਦੇ ਨਾਲ ਉਹ ਭਾਵੇਂ ਇੱਥੇ ਦੀ ਮਿੱਟੀ ਦੇ ਬਣੇ ਆ, ਪਰ ਇੱਕ ਹਰ ਸਾਲ ਜਾਣ ਦੇ ਨਾਲ ਉਹਨਾਂ ਦੀ ਉਹ ਮਿੱਟੀ ਦੇ ਨਾਲ ਵੀ ਪਿਆਰ ਉਦਾਂ ਹੀ ਬਣਿਆ ਰਹਿੰਦਾ। ਜਦੋਂ ਤੱਕ ਉਹ ਵੱਡੇ ਹੁੰਦੇ ਆ, ਉਹਨਾਂ ਨੂੰ ਉਹ ਚੀਜ਼ਾਂ ਉਹਨਾਂ ਦੇ ਨਾਲ ਵੱਡੀਆਂ ਹੁੰਦੀਆਂ, ਜ਼ਰੂਰ ਹੁੰਦੀਆਂ, ਕਿ ਪੰਜਾਬੀ ਭਾਸ਼ਾ, ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਬੱਚਿਆਂ ਨੂੰ ਆਪਣਿਆਂ ਨੂੰ ਸਿਖਾਉਣੀ ਚਾਹੀਦੀ ਆ ਇੱਥੇ। ਤੇ ਬਸ ਮੈਂ ਮੇਰਾ ਮੇਨ ਮਕਸਦ ਇਹ ਆ ਕਿ ਹਾਂਜੀ। ਸੋ ਇਹ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਯੂਥ ਨੂੰ? ਹਾਂਜੀ। ਚਲੋ, ਬੜੀ ਖੁਸ਼ੀ ਦੀ ਗੱਲ ਹੈ। ਅਨੂ ਜੀ, ਤੁਸੀਂ ਕੀ ਦੇਣਾ ਚਾਹੋਗੇ, ਕਿਹੜਾ ਮੈਸੇਜ ਦੇਣਾ ਚਾਹੋਗੇ ਆਪਣੇ ਜਿਹੜਾ ਯੂਥ ਹੁਣ ਤੁਹਾਨੂੰ ਦੇਖ ਰਿਹਾ, ਜਾਂ ਤੁਹਾਡੇ ਨਾਲ ਜਿਹੜੀਆਂ ਤੁਹਾਡੇ ਲੇਡੀਜ਼ ਤੁਹਾਨੂੰ ਦੇਖ ਰਹੀਆਂ ਇਸ ਵੇਲੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਟਕਸਾਲ ਸਭ ਤੋਂ ਪਹਿਲਾਂ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਮੈਂ ਬਹੁਤ ਕਹਿ ਲਓ ਇੱਕ ਬਿਊਟੀਸ਼ੀਅਨ ਐਸ ਕੰਮ ਕਰ ਰਹੀ ਹਾਂ, ਅਤੇ ਮੈਂ ਦੇਖ ਰਹੀ ਹਾਂ ਸਾਡੇ ਰਾਊਂਡ ਅੱਜ ਕੱਲ੍ਹ ਐਨਜ਼ਾਇਟੀ, ਡਿਪਰੈਸ਼ਨ, ਇਹ ਸਾਰੀ ਚੀਜ਼ਾਂ ਬਹੁਤ ਵੱਧ ਗਈਆਂ, ਬਿਕੋਜ਼ ਅਸੀਂ ਨੇਚਰ ਤੋਂ ਬਹੁਤ ਦੂਰ ਹੋ ਗਏ ਜੀ। ਅਤੇ ਮੈਂ ਇਹੀ ਸਾਰਿਆਂ ਨੂੰ ਕਹਿਣਾ ਚਾਹੂੰਗੀ ਕਿ ਆਪਣੇ ਬਿਜ਼ੀ ਟਾਈਮ ਤੋਂ, ਆਪਣੇ ਸ਼ੈਡਿਊਲ ਤੋਂ ਥੋੜ੍ਹਾ ਜਿਹਾ ਕੰਮ ਕੱਢੋ ਆਪਣੇ ਸ਼ੌਂਕ ਲਈ। ਜਦੋਂ ਤੁਸੀਂ ਸ਼ੌਂਕ ਲਈ ਆਪਣੇ ਥੋੜ੍ਹਾ ਜਿਹਾ ਟਾਈਮ ਕੱਢੋਗੇ, ਉਹਦੇ ਨਾਲ ਜੁੜੋਗੇ, ਤਾਂ ਜਿਹੜੀ ਐਨਜ਼ਾਇਟੀ, ਡਿਪਰੈਸ਼ਨ, ਅੱਜ ਕੱਲ੍ਹ ਜਿਹੜੀ ਇਹ ਪ੍ਰੋਬਲਮ ਚੱਲ ਰਹੀਆਂ, ਤੁਸੀਂ ਥੋੜ੍ਹਾ ਜਿਹਾ ਇਹਨਾਂ ਤੋਂ ਰਿਲੀਫ ਕਰੋਗੇ। ਲਾਈਕ ਜਿੱਦਾਂ ਮੈਂ ਹੁਣ ਤੁਹਾਨੂੰ ਦੱਸਿਆ ਹੀ ਸੀ ਸਾਡੀ ਇੱਕ ਪੋਇਮ ਸੀ, ਇੱਕ ਕੱਪ ਚਾਹ ਦਾ ਬਹਾਨਾ ਕਰ ਲੈਣਾ ਚਾਹੀਦਾ, ਫਾਸਲਿਆਂ ਨੂੰ ਫੁਰਸਤ ਦੇ ਨਾਲ ਭਰ ਲੈਣਾ ਚਾਹੀਦਾ। ਬੜੀ ਬੋਝ ਜੀ ਇਹ ਹੁਣ ਜ਼ਿੰਦਗੀ, ਸੱਜਣਾ ਦਿਲ ਹੋਲਾ ਕਰ ਲੈਣਾ ਚਾਹੀਦਾ। ਤੇ ਮੈਂ ਸਾਰਿਆਂ ਨੂੰ ਇਹੀ ਕਹੂੰਗੀ ਕਿ ਆਪਣੇ ਸ਼ੌਂਕ ਲਈ ਟਾਈਮ ਕੱਢੋ, ਤੇ ਇਹਨੂੰ ਪਰਮਾਹੰਗਾਰਾ ਦਿਓ ਚੀਜ਼ ਨੂੰ, ਤਾਂ ਕਿ ਇਹ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਅੱਜ ਚੱਲ ਰਹੀਆਂ, ਇਹ ਕੁਛ ਵੀ ਨਹੀਂ ਹੈਗੀਆਂ, ਬਸ ਤੁਸੀਂ ਇਹਨਾਂ ਨਾਲ ਫਾਈਟ ਕਰਨਾ ਸਿੱਖੋ ਤੇ ਅੱਗੇ ਵਧੋ, ਹੱਸਦੇ ਰਹੋ ਤੇ ਵਸਦੇ ਰਹੋ। ਹਾਂਜੀ ਪਵਨ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਤਾਂ ਇਹੀ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ, ਮੇਰਾ ਨਿੱਕਾ ਸੁਨੇਹਾ ਆ ਕਿ ਇੱਕ ਆਪਣੀ ਪੰਜਾਬੀ ਬੋਲੀ ਨਾ ਛੱਡੋ, ਤੇ ਦੂਸਰਾ ਆਪਣੇ ਕਲਚਰ ਨੂੰ ਨਾ ਭੁੱਲੋ, ਤੇ ਤੀਸਰਾ ਆਪਣੇ ਪਹਿਰਾਵੇ ਨੂੰ ਕਦੀ ਚੇਂਜ ਨਾ ਕਰਿਓ, ਤੇ ਇਹ ਹਮੇਸ਼ਾ ਕਾਇਮ ਰੱਖੋ ਤਾਂ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਇਹ ਤਿੰਨੇ ਹੀ ਚੀਜ਼ਾਂ ਦੇ ਕੇ ਜਾਈਏ। ਇੰਗਲਿਸ਼ ਤਾਂ ਸਾਨੂੰ ਬਹੁਤ ਆ ਜਾਣੀ ਆ, ਸਿੱਖ ਸਕਦੇ ਆ, ਪਰ ਪੰਜਾਬੀ ਬੋਲੀ ਦੇ ਨਾਲ ਹਮੇਸ਼ਾ ਜੁੜੇ ਰਹੋ। ਤਾਂ ਕਿ ਦੂਸਰੀ ਗੱਲ ਇਹ ਆ ਕਿ ਹਰ ਇੱਕ ਪ੍ਰੋਗਰਾਮ ਸਾਨੂੰ ਤਿਉਹਾਰ ਜ਼ਰੂਰ ਮਨਾਉਣਾ ਚਾਹੀਦਾ, ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਅੱਜ ਦੀਵਾਲੀ ਆ। ਇਹ ਨਹੀਂ ਕਿ ਅਸੀਂ ਕੋਈ ਵੱਡਾ ਪ੍ਰੋਗਰਾਮ ਕਰਨਾ, ਆਪਣੇ ਘਰ ਦੇ ਵਿੱਚ ਜ਼ਰੂਰ ਸਾਰਾ ਪਰਿਵਾਰ ਇਕੱਠਾ ਹੋ ਕੇ ਬੈਠੇ, ਦੱਸੇ ਬੱਚਿਆਂ ਨੂੰ ਕਿ ਅੱਜ ਦੀਵਾਲੀ ਆ, ਜਾਂ ਸਾਡੇ ਤੀਆਂ ਆ, ਜਾਂ ਸਾਡੇ ਕੋਈ ਲੋਹੜੀ ਦਾ ਪ੍ਰੋਗਰਾਮ ਆ, ਤਾਂ ਕਿ ਸਾਡੇ ਬੱਚਿਆਂ ਨੂੰ ਸਾਡੇ ਕਲਚਰ ਬਾਰੇ ਪਤਾ ਲੱਗੇ ਕਿ ਅੱਜ ਕੀ ਆ ਕੀ ਨਹੀਂ ਹੈਗਾ। ਮੇਰਾ ਤਾਂ ਇਹੀ ਮੈਸੇਜ ਆ ਕਿ ਸਾਨੂੰ ਇਹ ਸਾਰੀਆਂ ਚੀਜ਼ਾਂ ਹਮੇਸ਼ਾ ਲਈ ਕਾਇਮ ਰੱਖਣੀਆਂ ਚਾਹੀਦੀਆਂ ਆ। ਚਲੋ, ਬੜੀ ਖੁਸ਼ੀ ਦੀ ਗੱਲ ਹੈ। ਹਾਂਜੀ ਜਸਕੀਰਤ, ਤੁਸੀਂ ਆਪਣੇ ਨਾਲ ਯੂਥ ਨੂੰ ਕਿਸ ਤਰ੍ਹਾਂ ਕੀ ਮੈਸੇਜ ਦੇਣਾ ਚਾਹੋਗੇ? ਤੁਸੀਂ ਅੱਜ ਇਸ ਪਲੇਟਫਾਰਮ ਤੇ ਪਹੁੰਚੇ ਹੋ, ਇਸ ਪਲੇਟਫਾਰਮ ਰਾਹੀਂ ਤੁਸੀਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸੋ ਮੈਂ ਇਹੀ ਕਹਿਣਾ ਚਾਹੁੰਦੀ ਕਿ ਹੁਣ ਲਾਈਕ 2024 ਲਈ ਆਡੀਸ਼ਨ ਸ਼ੁਰੂ ਹੋ ਗਏ ਆ ਮਿਸ ਯੂਰਪ ਪੰਜਾਬ ਲਈ, ਤਾਂ ਹੁਣ ਤੁਸੀਂ ਆਡੀਸ਼ਨ ਚ ਜਾਓ ਤੇ ਲਾਈਕ ਦੱਸੋ ਕਿ ਹਾਂ ਆਪਾਂ ਕਰ ਸਕਦੇ ਹਾਂ, ਤੇ ਮੇ ਬੀ ਨੈਕਸਟ ਈਅਰ ਜਿੱਥੇ ਮੈਂ ਬੈਠੀ ਹਾਂ ਤੇ ਉਹ ਵੀ ਬੈਠ ਸਕਦੇ ਆ। ਜੀ ਜ਼ਰੂਰ, ਵਾਕਈ। ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਸੋਚਦੇ ਹੋ। ਔਰ ਵਾਕਈ ਪਿਆਰ ਦਰਸ਼ਕੋ, ਇੱਥੇ ਜ਼ਰੂਰੀ ਮੈਂ ਦੱਸ ਦਵਾਂ ਕਿ ਜਿਹੜੇ ਅਗਲੇ ਸਾਲ ਦੇ ਆਡੀਸ਼ਨਸ ਨੇ ਯੂਰਪ ਵਾਸਤੇ, ਉਹ ਤਾਂ ਖੁੱਲ੍ਹੇ ਹੀ ਖੁੱਲ੍ਹੇ ਨੇ, ਲੇਕਿਨ ਅਗਲੇ ਸਾਲ
ਜਿਹੜਾ ਮਿਸ ਤੇ ਮਿਸਿਸ ਯੂਰਪ ਪੰਜਾਬਨ ਯੂਕੇ ਹੋਣਾ ਉਹ ਵੀ ਇੱਥੇ ਹੀ ਹੋਣਾ 2024 'ਚ ਸੋ ਤੁਸੀਂ ਉਹਦੇ ਲਈ ਵੀ ਤਿਆਰੀ ਕਰੋ ਔਰ ਜਿਸ ਤਰ੍ਹਾਂ ਸਾਡੀ ਅੱਜ ਇਹ ਸਾਰੀਆਂ ਇੱਥੇ ਕੁੜੀਆਂ ਬੈਠੀਆਂ ਨੇ ਮੁਟਿਆਰਾਂ ਬੈਠੀਆਂ ਨੇ ਕੱਲ੍ਹ ਅਗਲੇ ਸਾਲ ਤੁਸੀਂ ਇੱਥੇ ਬੈਠੋ ਅਤੇ ਮੈਂ ਤੁਹਾਡੀ ਇੰਟਰਵਿਊ ਕਰਾਂ ਬਾਕੀ ਫਿਰ ਉਹ ਜਿਹੜਾ ਮੰਜ਼ਰ ਹੋਏਗਾ ਨਾ ਉਹ ਬਹੁਤ ਹੀ ਡਿਫਰੈਂਟ ਹੋਏਗਾ ਸਵਿਤਾ ਤੁਸੀਂ ਕੀ ਸੋਚ ਰਹੇ ਹੋ मैं तो ये कहना चाहूंगी जिन्हें भी लाइक आपां भी हुण यंग जनरेशन विचों आ कि शायद मैं एक ही चीज कहना चाहूंगी कि तुसी ज्यादा लाइक रल मिलके फैमिली दे नाल थोड़ा जिहा टाइम बिताओ है ना तदी लाइक मैनूं लगदा मैं शायद इस मुकाम ते तदी पहुंची आ क्योंकि आपां इंक्लूडेड होए उस पंजाबी कल्चर विच कदी कदी की हुंदा कि आपां लाइक इंडिपेंडेंट होना चाहुंदे आ बाहर ही रहना चाहुंदे आ है ना सो कदी कदी ओह चीजां छुट जांदियां आ सो आई वुड से एक रिक्वेस्ट एडवाइस की अगले साल ऑडिशन जो यूके च होने बहुत जल्दी खोल देने लेकिन जो यूरोप के इस वेले खोल चुके ने सो तुसी सिंह डिजिटल मीडिया की साइट www.singh.sc ते जाके रजिस्टर कर लो टेलीफोन वालिया ने जिनी कोशिश की है प्रेम वैडिंग वालिया ने बहुत वधिया कोशिश की उन्होंने इस प्रोग्राम इत्थे बन किया और पहली बारी यूके विच होया सो सिंह डिजिटल मीडिया ते प्रेम वैडिंग एक बार फिर बहुत बहुत मुबारक अज ये कुड़िया जे इत्थे बैठिया ने उन्हां दी बदौलत बैठिया ने तुसी अगले साल जिस तरह मैं वादा किया कि अगले साल तुसी भी इत्थे मेरे नाल बैठो ते मैं तुहाडी इंटरव्यू करूंगा सो उस वेले दा जिहड़ा नज़ारा होगा वह बहुत वखरा होगा दिल तो नहीं करता कि हुण आपां प्रोग्राम नूं बंद करिए पर करना पैणा क्योंकि टाइम साडे कोल अगले शो की भी तैयारी करनी है साडे डायरेक्टर साहब पिछों हाथ ला लैंदे भी बस खत्म जाण तो पहला सिर्फ इन्हें कहूंगा कि तुसीं एक एक बोली जना जरूर इकट्ठे होकर एक बोली पाओ तो गिद्धे दा माहौल बना के आप इस प्रोग्राम का फिर जिहड़ा वो अंत करांगे आ जाओ फिर एक एक बोली चलो मैं कहनी आपां फड़ूआ बुला लईए जी जेठ तुर गया नो करी जेठाणी दा मुंह बग्गा जेठ तुर गया नौकरी जठानी दा मुंह बगा मी जठानीए थाली विच पबगा थाली विच पबगा बजानी जठानीए थाली विच पबगा बजानी जठानीए थाली विच पबगा क्या बात है वाकई दिल नहीं जिस तरह मैं क्या कर रहा साडा भी इस प्रोग्राम इस वेले समाप्त करिए लेकिन की करिए मजबूरी है प्यार दर्शको ये साड़ियाँ जीडिया पांच मुटियारा छेवीं नहीं आ सकी जो मिसिस ते मिस का खिताब जितके थोड़े मोहरे बैठिया सी और जिस तरह इन्होंने थोड़े किया कि हाँ अपने बच्चों अपने परिवार को पंजाबी विरसे नाल पंजाबी माँ बोली नाल जोड़ो वो जरूर करो और कोशिश करो कि थोड़े बच्चे भी कल इत्थे इस मंच ते बैठे हों ताकि उन्हां दे जिहड़े सुपने ने वो पूरे हो सकन आपां ने इस गल का बिल्कुल ध्यान रखना कि असीं अपने बच्चों पंजाबी माँ बोली नाल पंजाबी विरसे नाल जोड़ना है सो थोड़ा सारिआं दा एक बार दिलों धन्नवाद और तुहानू मुबारक दिंदे आ कि तुसीं जित के अज इत्थे बैठे हो और इस गल का तुहानू असीं नाल इह वी कहिंदे आ कि तुसीं अगे जाओ ਜਿਹੜਾ ਇਟਲੀ ਵਿੱਚ ਹੋਣਾ 2024 ਉਹ ਵੀ ਜਿੱਤ ਗਿਆ ਉਹ ਤਾਂ ਕਿ ਅਸੀਂ ਫਿਰ ਦੁਬਾਰਾ ਇੰਟਰਵਿਊ ਤੁਹਾਡੀ ਕਰ ਸਕੀਏ ਸੋ ਪਿਆਰੇ ਦਰਸ਼ਕੋ ਇਹ ਸੀ ਅੱਜ ਦਾ ਪ੍ਰੋਗਰਾਮ ਲੇਕਿਨ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਏਗਾ ਔਰ ਇਸ ਵਾਅਦੇ ਨਾਲ ਕਿ ਅਗਲੀ ਵਾਰੀ ਫਿਰ ਮਿਲੂੰਗਾ ਕਿਸੇ ਹੋਰ ਵਧੀਆ ਸ਼ਖਸੀਅਤਾਂ ਨਾਲ ਤਦ ਤੱਕ ਲਈ ਤੁਸੀਂ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਅਤੇ ਆਪਣੀ ਦੁਆਵਾਂ 'ਚ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਰੱਬ ਰੱਖਣਾ